ਬਾਣੀ ਬਾਣੀ ਸਵਾਮੀ ਜੀ ਮਹਾਰਾਜ ਬਾਰਾਂ ਮਾਸਾ ਅਗਹਨ ਮਾਸ ਛਠਾ ਆਇਆ ਮਾਸ ਅਗਹਨ ਅਬ ਛਠਾ ਅੱਗੀ ਹਾਨ ਹੋਈ ਮਲ ਘਟਾ ਹੁਣ ਅਗਹਨ ਮਾਸ ਛਠਾ ਆ ਗਿਆ ਧਰਮ ਅਤੇ ਸਤਸੰਗ ਔਰ ਗੁਰੂ ਦੇ ਪ੍ਰਤਾਪ ਨਾਲ ਅਧਰਮ ਪਾਪ ਔਰ ਦੁੱਖਾਂ ਦੀ ਗਰਮੀ ਨਾਸ਼ ਹੋ ਗਈ। ਕਿਹਾ ਜਦ ਮਾਲਕ ਕਿਸੇ ਨੂੰ ਬਖਸ਼ਣਾ ਚਾਹੁੰਦਾ ਏ ਤਾਂ ਸਾਡੇ ਵਰਗਾ ਰੂਪ ਬਣਾ ਕੇ ਉਹਦੇ ਸਾਹਮਣੇ ਆਉਂਦਾ ਏ ਔਰ ਨਾਮ ਦਿੰਦਾ ਏ। ਉਹ ਵਾਹਿਗੁਰੂ ਆਪਣੀ ਕਲਾ ਸੰਤਾਂ ਵਿੱਚ ਰੱਖ ਕੇ ਦੁਨੀਆ ਵਿੱਚ ਆ ਕੇ ਉਪਦੇਸ਼ ਕਰਦਾ ਏ। ਸਵਾਮੀ ਜੀ ਨੇ ਇੱਕ ਇੱਕ ਮਹੀਨਾ ਮਨੁੱਖ ਦੇ ਇੱਕ ਇੱਕ ਜਨਮ ਨਾਲ ਤਾਲੁਕ ਰੱਖਦਿਆਂ ਹੋਇਆ ਬਿਆਨ ਕੀਤਾ ਏ। ਮੌਸਮ ਕੁਝ ਠੰਡਾ ਹੋ ਗਿਆ, ਇਸ ਮਨੁੱਖ ਜਨਮ ਵਿੱਚ ਵੀ ਕੁਝ ਠੰਡ ਹੋ ਗਈ। ਜਿਹਨੂੰ ਨਾਮ ਪ੍ਰਾਪਤ ਹੋ ਗਿਆ ਇਹ ਸ਼ਬਦ ਉਸਦੀ ਬਾਬਤ ਏ, ਉਸਦੀ ਮੌਤ ਦਾ ਸਮਾਂ ਦਿਖਾਇਆ ਗਿਆ ਏ। ਜਿਹੜੇ ਰਾਹ ਆਦਮੀ ਨੇ ਮਰ ਕੇ ਜਾਣਾ ਏ, ਸਤਸੰਗੀ ਰੋਜ਼ ਉਸੇ ਰਾਹੇ ਜਾਂਦਾ ਏ। ਗੁਰੂ ਨਾਨਕ ਸਾਹਿਬ, ਕਬੀਰ ਸਾਹਿਬ, ਹੋਰ ਸਾਰੇ ਮਹਾਤਮਾ ਨਾਮ ਦੀ ਮਹਿਮਾ ਕਰਦੇ ਹਨ। ਲਫਜ਼ ਨਾਮ ਨਹੀਂ, ਜੇਕਰ ਲਫਜ਼ ਹੀ ਨਾਮ ਹੋਣ ਤਾਂ ਫਿਰ ਗੁਰੂ ਦੇ ਕੋਲ ਜਾਣ ਦੀ ਕੀ ਲੋੜ ਹੈ। ਵੇਦਾਂ ਸ਼ਾਸਤਰਾਂ ਕਿਤਾਬਾਂ ਵਿੱਚੋਂ ਕੋਈ ਨਾ ਕੋਈ ਲਫਜ਼ ਲੈ ਲਿਆ ਅਤੇ ਸਿਮਰਨ ਕਰ ਲਿਆ। ਇਸ ਵਾਸਤੇ ਮਜ਼ਹਬਾਂ ਦੇ ਮਜ਼ਹਬ ਨਾਮ ਥੀ ਖਾਲੀ ਫਿਰਦੇ ਹਨ। ਸੋ ਜਿਹਨੂੰ ਨਾਮ ਮਿਲਿਆ ਏ, ਸਵਾਮੀ ਜੀ ਮਹਾਰਾਜ ਉਹਦੀ ਚੜ੍ਹਾਈ ਦਾ ਫੋਟੋ ਖਿੱਚਦੇ ਹਨ। ਸਤਸੰਗ ਦੀ ਵੱਡੀ ਮਹਾਨਤਾ ਏ, ਸਭ ਕੁਝ ਸਤਿਗੁਰ ਦੇ ਸਤਸੰਗ ਥੀ ਪ੍ਰਾਪਤ ਹੁੰਦਾ ਏ। ਜਿਹੜਾ ਰੋਜ਼ ਮਰੇ ਉਹਨੂੰ ਮਰਨ ਦਾ ਕੀ ਫਿਕਰ। ਅਸੀਂ ਦੇਖਦੇ ਹਾਂ ਕਮਾਈ ਵਾਲਿਆਂ ਨੂੰ 6-6 ਮਹੀਨੇ ਪਹਿਲਾਂ ਮੌਤ ਦੀ ਖਬਰ ਮਿਲ ਜਾਂਦੀ ਏ। ਜਿਹੜੇ ਮਾਮੂਲੀ ਭਗਤ ਹਨ ਉਹਨਾਂ ਨੂੰ 2-4 ਦਿਨ ਪਹਿਲਾਂ ਸਤਿਗੁਰ ਆਣ ਕੇ ਦੱਸ ਦਿੰਦੇ ਨੇ ਕਿ ਫਲਾਣੇ ਦਿਨ ਚੱਲਣਾ ਏ। ਜੇਕਰ ਸਿੱਖ ਦੀ ਮੌਤ ਦੇ ਵਕਤ ਗੁਰੂ ਨਾ ਆਇਆ, ਅਸੀਂ ਉਸ ਸਤਿਗੁਰੂ ਨੂੰ ਦੂਰੋਂ ਸਲਾਮ ਕਰਦੇ ਹਾਂ ਔਰ ਇਹੋ ਜਿਹੇ ਨਾਮ ਨੂੰ ਵੀ। ਪਰ ਜੇਕਰ ਸਿੱਖ ਨਾਮ ਲੈ ਕੇ ਕਮਾਈ ਨਾ ਕਰੇ ਫਿਰ ਸਤਿਗੁਰ ਦੀ ਮੌਜ ਏ, ਆਵੇ ਉਹਦੀ ਮੌਜ ਏ ਨਾ ਆਵੇ। ਇਹ ਸਤਿਗੁਰ ਦਾ ਬਿਰਧ ਏ ਕਿ ਉਹ ਆਪਣੇ ਸਿੱਖ ਦੀ ਸੰਭਾਲ ਕਰਦਾ ਏ। ਜਿਨ੍ਹਾਂ ਨੂੰ ਸ਼ਬਦ ਸਰੂਪੀ ਸ਼ਬਦ ਅਭਿਆਸੀ ਮਹਾਤਮਾ ਮਿਲ ਗਿਆ ਔਰ ਉਹਨਾਂ ਨੇ ਉਹਨਾਂ ਨੂੰ ਰਸਤਾ ਦੇ ਦਿੱਤਾ ਕਿ ਇਸ ਰਸਤੇ 'ਤੇ ਚੱਲੋ, ਉਹਨਾਂ ਮਿਹਨਤ ਕਰਕੇ ਅੰਦਰ ਪਰਦਾ ਖੋਲ੍ਹ ਲਿਆ। ਸੋ ਜਿਨ੍ਹਾਂ ਦੀ ਰੂਹ ਮੁਰਸ਼ਦ ਕਾਮਲ ਨੂੰ ਮਿਲ ਕੇ ਬਾਂਗੇ ਅਸਮਾਨੀ ਨਾਲ ਲੱਗ ਚੁੱਕੀ ਏ, ਇਹ ਉਹਨਾਂ ਦਾ ਹਾਲ ਏ। ਮਨ ਹੂਆ ਨਿਰਬਲ, ਚਿੱਤ ਹੂਆ ਨਿਸ਼ਚਲ, ਕਾਮ ਕ੍ਰੋਧ ਗਏ ਇੰਦਰੀ ਨਿਸਫਲ। ਕਹਿੰਦੇ ਨੇ ਕਿ ਮਨ ਨਿਰਮਲ ਔਰ ਨਿਸ਼ਚਲ ਹੋ ਗਿਆ, ਇੱਕ ਥਾਂ ਟਿਕ ਗਿਆ, ਅਡੋਲ ਹੋ ਗਿਆ, ਹੁਣ ਡੋਲਦਾ ਨਹੀਂ। ਮਨ ਚਲਾਏ ਮਾਨ ਨਾ ਰਿਹਾ ਔਰ ਚਿੱਤ ਵੀ ਸਥਿਰ ਹੋ ਗਿਆ, ਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ 5 ਡਾਕੂ ਨੱਸ ਗਏ ਔਰ ਇੰਦਰੀਆਂ ਦੀ ਰੁਚੀ ਬਾਹਰੋਂ ਹਟ ਕੇ ਅੰਦਰ ਖਿੱਚੀ ਗਈ। ਉਹ ਮਨ ਜਿਹੜਾ ਕਰੋੜਾਂ ਯੁਗਾਂ ਤੋਂ ਇਸ ਦੁਨੀਆਂ ਦੇ ਕੰਮ ਕਰਕੇ ਉਹਨਾਂ ਵਿੱਚ ਲਿਪਤ ਹੋਇਆ ਸੀ, ਜਦ ਸਹੰਸ ਦਲ ਕਮਲ ਕਿਆ ਤੁਰਿਆ ਪਦ ਵਿੱਚ ਗਿਆ, ਕਾਬੂ ਹੋ ਗਿਆ ਔਰ ਜਿਹੜੇ ਇਹਦੇ 5 ਮਸ਼ੀਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਨ, ਲੜਕਿਆਂ ਦੀ ਸੂਰਤ ਬਣ ਕੇ ਦੱਸ ਕੇ ਨਿਕਲ ਗਏ। ਹੁਣ ਇਹ ਨਿਰਮਲ ਖਾਲਸ ਖਾਲਸਾ ਬਣ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਫਰਮਾਉਂਦੇ ਨੇ, ਪੂਰਨ ਜੋਤ ਜਗੇ ਘਟ ਮਾਹੇ, ਖਾਲਸਾ ਤਹਿਨ ਖਾਲਸ ਜਾਣੇ। ਜਦ ਤੱਕ ਸਿੱਖ ਦੇ ਅੰਦਰ ਜੋਤ ਪ੍ਰਗਟ ਨਹੀਂ ਹੁੰਦੀ ਉਹ ਨਿਰਮਲ ਨਹੀਂ ਹੁੰਦਾ ਔਰ ਖਾਲਸਾ ਨਹੀਂ ਕਹਾ ਸਕਦਾ। ਕਿਉਂ? ਜਦ ਤੱਕ ਕਾਮ ਕ੍ਰੋਧ ਕਾਬੂ ਵਿੱਚ ਨਹੀਂ ਆ ਉਹ ਸਿੱਖ ਕਿਸ ਦਾ ਏ? ਉਹ ਤਾਂ ਮਨ ਦਾ ਸਿੱਖ ਏ।
ਜਿਸ ਵਕਤ ਖਿਆਲ ਜਾਂ ਸੁਰਤ ਇਕੱਤਰ ਹੋਵੇ, ਝੱਟ ਜੋਤ ਵਿੱਚ ਲੈ ਹੋ ਜਾਵੇ, ਫਿਰ ਬ੍ਰਹਮ ਔਰ ਪਾਰ ਬ੍ਰਹਮ ਵਿੱਚ ਸ਼ਾਮ ਕੰਜ ਕਿਆ ਸਹੰਸ ਤਲ ਵਿੱਚ ਪਹੁੰਚ ਕੇ ਮਨ ਕਾਬੂ ਆ ਜਾਂਦਾ ਹੈ। ਉਰੇ ਨਹੀਂ, ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਕਬੀਰ ਤੁਮ ਕਿਆ ਕਰੋ, ਛਾਡੋ ਜਗ ਕੀ ਆਸ, ਆਪਣਾ ਆਪਾ ਜੋ ਲਖੇ ਸੋਈ ਕਬੀਰਾ ਦਾਸ। ਧਰਨ ਛੋੜ ਸੁਰਤ ਚੜੀ ਆਕਾਸ਼ਾ, ਸ਼ਬਦ ਪਏ ਆਈ ਮਹਾਕਾਸ਼ਾ। ਹੁਣ ਰੂਹ ਧਰਤੀ ਨੂੰ ਛੱਡ ਕੇ ਆਕਾਸ਼ 'ਤੇ ਆ ਗਈ, ਫਿਰ ਉਸਦੇ ਉੱਪਰ ਜਿੱਥੇ ਕਿ ਸ਼ਬਦ ਧੁਨਕਾਰਾ ਦੇ ਰਿਹਾ ਹੈ ਚੜ੍ਹ ਗਈ। ਇਹ ਸਾਰਾ ਸੰਸਾਰ ਭਰਮ ਹੈ, ਇਹਨੂੰ ਤਿਆਗ ਦਿੱਤਾ। ਅੱਖਾਂ ਤੱਕ ਜੋ ਕੁਝ ਵੀ ਹੈ ਸਭ ਕੁਛ ਭਰਮ ਹੈ। ਜਦ ਰੂਹ ਨੇ ਮਨ ਦੀ ਮੱਤ ਸੁੱਟ ਦਿੱਤੀ, ਗੁਰੂ ਦੀ ਮੱਤ, ਗੁਰੂ ਤੋਂ ਉਪਦੇਸ਼ ਲੈ ਲਿਆ, ਇਹ ਸ਼ਬਦ ਨਾਲ ਜੁੜ ਗਈ, ਅੱਖਾਂ ਤੱਕ ਸਰੀਰ ਸੁੰਨ ਹੋ ਗਿਆ, ਇਸ ਰੂਹ ਰੂਪੀ ਜੰਜੀਰ ਟੁੱਟ ਗਈ, ਅੰਦਰ ਅੰਮ੍ਰਿਤ ਰਸ ਪੀਣ ਲੱਗੀ, ਇੱਥੇ ਪਹੁੰਚ ਕੇ ਸਾਰੇ ਮਜ਼ਹਬ, ਸਾਰੀਆਂ ਕਿਤਾਬਾਂ ਖਤਮ ਹੋ ਜਾਂਦੀਆਂ ਹਨ। ਉਹ ਇਸਮੇ ਆਜ਼ਮ, ਉਹ ਸ਼ਬਦ ਮੁਕਤੀ ਦੀ ਦਵਾ ਹੈ ਔਰ ਇਹਦੇ ਅੰਦਰ ਹੈ, ਹੋਰ ਕੋਈ ਦਵਾ ਨਹੀਂ। ਜਦ ਤੱਕ ਇਹ ਸ਼ਬਦ ਦੀ ਕਮਾਈ ਕਰਕੇ ਸ਼ਬਦ ਰੂਪ ਨਹੀਂ ਹੋ ਜਾਂਦਾ, ਤਦ ਤੱਕ ਮੁਕਤੀ ਉਕਤੀ ਕੋਈ ਨਹੀਂ। ਹੁਣ ਸੁਰਤ ਨੌਵਾਂ ਦੁਆਰਿਆਂ ਨੂੰ ਛੱਡ ਕੇ ਦਸਵੀਂ ਗਲੀ ਵਿੱਚ ਜਾ ਪਹੁੰਚੀ। ਪਹਿਲਾਂ ਸੁਰਤ ਨੇ ਸਿਮਰਨ ਦੇ ਜ਼ਰੀਏ ਨੌਂ ਦਰਵਾਜ਼ੇ ਖਾਲੀ ਕੀਤੇ। ਜਿਸ ਵਕਤ ਸੁਰਤ ਨੌਂ ਦੁਆਰੇ ਛੱਡ ਕੇ ਦਸਵੀਂ ਗਲੀ ਖੋਲ੍ਹ ਕੇ ਉੱਪਰ ਚੜ੍ਹੀ ਤਾਂ ਉੱਥੇ ਸ਼ਬਦ ਧੁਨਕਾਰਾ ਦੇ ਰਿਹਾ ਸੀ, ਉਸਨੇ ਖਿੱਚ ਲਿਆ। ਸ਼ਬਦ ਸੰਗ ਨਿੱਤ ਕਰੇ ਬਿਲਾਸਾ, ਦੇਖੇ ਅਚਰਜ ਬਿਮਲ ਤਮਾਸ਼ਾ। ਕਹਿੰਦੇ ਨੇ, ਹੁਣ ਸੁਰਤ ਸ਼ਬਦ ਨਾਲ ਰਲ ਕੇ ਪ੍ਰੇਮ ਪਿਆਰ ਦੀ ਖੇਡ ਖੇਡਦੀ ਹੈ ਔਰ ਰੂਹਾਨੀ ਦੇਸ਼ਾਂ ਦੀ ਅਚਰਜ ਮਨੋਰੰਜਕ ਲੀਲਾ ਦੇਖਦੀ ਹੈ। ਅੰਦਰ ਸ਼ਬਦ ਏ, ਉਹ ਆਕਾਸ਼ ਬਾਣੀ ਏ, ਗੁਰਬਾਣੀ ਏ, ਜਿਸ ਦੇ ਮਗਰ ਮਗਰ ਸੁਰਤ ਨੇ ਆਪਣੇ ਨਿੱਜ ਧਾਮ ਪਹੁੰਚਣਾ ਏ, ਜਿਸ ਥੀ ਮੁਕਤੀ ਹੁੰਦੀ ਏ, ਜਿਸ ਥੀ ਜਨਮ ਮਰਨ ਮੁੱਕ ਜਾਂਦਾ ਏ। ਕੁਝ ਨਹੀਂ ਕਰਨਾ, ਬਸ ਆਪਣੀ ਰੂਹ ਨੂੰ ਉਹਦੇ ਨਾਲ ਜੋੜ ਦੇਣਾ ਏ। ਜਦ ਰੂਹ ਉਸ ਸ਼ਬਦ ਨਾਲ ਜੁੜ ਗਈ ਤਾਂ ਦਰਜੇ ਬਦਰਜੇ ਉੱਥੇ ਪਹੁੰਚ ਜਾਏਗੀ, ਜਿਸ ਦੇਸ਼ ਥੀ ਇਹ ਆਈ ਸੀ। ਘਰ ਬਾਰ ਨਹੀਂ ਛੱਡਣਾ, ਕੰਮ ਕਾਰ ਨਹੀਂ ਛੱਡਣਾ, ਰੂਹ ਨੂੰ ਮਨ ਤੋਂ ਲਹਿਦਾ ਕਰਕੇ ਅੱਖਾਂ ਦੇ ਪਿੱਛੇ ਆ ਜਾਓ। ਜਿਉਂ ਜਿਉਂ ਜੋਤ ਪ੍ਰਗਟ ਹੋਵੇਗੀ ਔਰ ਪ੍ਰਕਾਸ਼ ਆਏਗਾ, ਤਿਉਂ ਤਿਉਂ ਸੁਰਤ ਇਸ ਦਵੰਤ ਦਵੈਤ ਥੀ ਰਹਿਤ ਹੋ ਕੇ ਉੱਪਰ ਆ ਜਾਏਗੀ, ਅੰਦਰ ਸ਼ਬਦ ਪ੍ਰਗਟ ਹੋ ਜਾਏਗਾ। ਜੇਕਰ ਇਹ ਉਸਦੀ ਲੱਜਤ ਲੈ ਲਵੇ, ਇਹਦੇ ਅੰਦਰ ਠੰਡ ਪੈ ਜਾਵੇਗੀ। ਹਰ ਇੱਕ ਆਦਮੀ ਦੇ ਅੰਦਰ ਸ਼ਬਦ ਹੋ ਰਿਹਾ ਏ, ਜਿਸ ਨੂੰ ਪਾ ਕੇ ਜਨਮ ਮਰਨ ਮੁੱਕਣਾ ਏ, ਨਾਮ ਦੀ ਕਮਾਈ ਕਰਕੇ ਉਹਨੂੰ ਅੰਦਰ ਪ੍ਰਗਟ ਕਰਨਾ ਏ। ਗੁਰੂ ਇਹ ਨਹੀਂ ਕਹਿੰਦਾ ਕਿ ਮੈਂ ਗੁਰੂ ਹਾਂ, ਬਲਕਿ ਗੁਰੂ ਕਹਿੰਦਾ ਏ, ਗੁਰੂ ਸ਼ਬਦ ਏ। ਹਾਂ, ਜਦ ਅੰਦਰ ਜਾ ਕੇ ਸ਼ਬਦ ਨੂੰ ਪ੍ਰਗਟ ਕਰੇਗਾ ਤਾਂ ਫਿਰ ਜੋ ਤੇਰੀ ਮਰਜ਼ੀ ਏ ਕਹਿ ਲਵੀਂ। ਇਹੋ ਗ੍ਰੰਥ ਸਾਹਿਬ ਕਹਿੰਦਾ ਏ, ਆਪੇ ਸਤਿਗੁਰ ਆਪੇ ਸੇਵਕ ਆਪੇ ਸ੍ਰਿਸ਼ਟ ਉਪਾਈ ਹੈ। ਛੋੜਾ ਜੈ ਘਰ ਪਕੜਾ ਵਹਿ ਘਰ, ਖੋਇਆ ਜਗ ਕੋ ਪਾਇਆ ਸਤਿਗੁਰ। ਹੁਣ ਕਹਿੰਦੇ ਨੇ ਕਿ ਸੁਰਤ ਨੇ ਇਹ ਘਰ ਭਾਵ ਨਾਸ਼ਵਾਨ ਜਗਤ ਨੂੰ ਤਿਆਗ ਦਿੱਤਾ ਔਰ ਉਹ ਸਤਲੋਕ ਨੂੰ ਫੜ ਲਿਆ। ਇਸ ਜਗਤ ਵੱਲੋਂ ਮੂੰਹ ਮੋੜਿਆ ਤਾਂ ਉਹ ਸਤਿਗੁਰ ਲੱਭਾ। ਉਹ ਸਤਪੁਰਸ਼ ਕਿਸੇ ਮਨੁੱਖ ਵਿੱਚ ਆਪਣੀ ਜੋਤ ਰੱਖ ਦਿੰਦਾ ਏ, ਉਹ ਆਪ ਹੀ ਕਿਸੇ ਹੱਗਣ ਮੂਤਣ ਔਰ ਜੰਮਣ ਮਰਨ ਵਾਲੀ ਰੱਤ ਚੰਮ ਦੀ ਦੇਹ ਵਿੱਚ ਸਤਿਗੁਰ ਬਣ ਕੇ ਆਉਂਦਾ ਏ ਔਰ ਸਾਨੂੰ ਉਸ ਸੱਚੇ ਦੇਸ਼ ਦੀ ਖਬਰ ਦਿੰਦਾ ਏ ਔਰ ਆਪ ਹੀ ਸੇਵਕਾਂ ਵਿੱਚ ਹੈ। ਦਰਖਤ ਵਿੱਚ ਬੀਜ ਔਰ ਬੀਜ ਵਿੱਚ ਦਰਖਤ ਹੈ, ਸਕੂਲ ਮਾਸਟਰ ਔਰ ਲੜਕੇ ਵਿੱਚ ਕੀ ਫਰਕ ਏ।
ਸਿਰਫ ਇੰਨਾ ਕਿ ਮਾਸਟਰ ਨੇ ਮਿਹਨਤ ਕਰਕੇ ਆਪਣੇ ਅੰਦਰ ਵਿੱਦਿਆ ਦੀ ਤਾਕਤ ਨੂੰ ਜਗਾ ਲਿਆ ਔਰ ਲੜਕੇ ਦੇ ਅੰਦਰ ਹਾਲਾਂ ਸੁੱਤੀ ਹੋਈ ਹੈ। ਇਸੇ ਤਰ੍ਹਾਂ ਗੁਰੂ ਔਰ ਸੇਵਕ ਵਿੱਚ ਫਰਕ ਹੈ, ਗੁਰੂ ਵਿੱਚ ਉਹੀ ਹੈ ਔਰ ਸੇਵਕ ਵਿੱਚ ਵੀ ਉਹੀ ਹੈ, ਪਰ ਜਦ ਪਰਦੇ ਖੁੱਲ੍ਹ ਗਏ ਉਹਦਾ ਰੂਪ ਹੋ ਗਿਆ, ਸੁਰਤ ਸ਼ਬਦ ਵਿੱਚ ਮਿਲ ਕੇ ਸ਼ਬਦ ਰੂਪ ਹੋ ਗਈ, ਪਰਮੇਸ਼ਰ ਦਾ ਰੂਪ ਹੋ ਗਈ। ਜਦ ਪਰਦੇ ਲੱਗੇ ਤਾਂ ਵੱਖਰਾ ਹੈ, ਤਦ ਕਤਰਾ ਹੈ। ਗੁਰੂ ਅਰਜਨ ਸਾਹਿਬ ਵੀ ਕਹਿੰਦੇ ਨੇ, ਗੁਰ ਪਰਮੇਸ਼ਰ ਇੱਕੋ ਜਾਣ, ਜੋ ਤਿਸ ਭਾਵੇ ਸੋ ਪਰਵਾਣ। ਬੜੀ ਔਖੀ ਘਾਟੀ ਹੈ ਇੱਥੇ ਮਨ ਨੂੰ ਲਿਆਉਣਾ, ਕੋਈ ਸੁਖਾਲਾ ਗੱਲ ਨਹੀਂ। ਪਰਮੇਸ਼ਰ ਔਰ ਗੁਰੂ ਨੂੰ ਇੱਕ ਸਮਝੋ। ਜਬ ਸੇ ਸਤਿਗੁਰ ਸਰਨ ਲੀਨਾ, ਸਤਨਾਮ ਧੁਨ ਘਟਵੇਂ ਜੀਨਾ। ਅਬ ਹਜ਼ੂਰ ਸਵਾਮੀ ਜੀ ਮਹਾਰਾਜ ਫਰਮਾਉਂਦੇ ਨੇ ਕਿ ਜਦ ਸਤਿਗੁਰ ਦੀ ਸ਼ਰਨ ਲਈ ਤਾਂ ਅੰਦਰ ਸ਼ਬਦ ਧੁਨ ਪ੍ਰਗਟ ਹੋ ਗਈ। ਜਿਸ ਵਕਤ ਸਤਿਗੁਰ ਮਿਲਿਆ ਉਸਨੇ ਨਾਮ ਦਾ ਭੇਦ ਦਿੱਤਾ, ਅਸੀਂ ਕਮਾਈ ਕੀਤੀ, ਉਹ ਸ਼ਬਦ ਧੁਨ ਜਾਂ ਨਾਮ ਪ੍ਰਗਟ ਹੋ ਗਿਆ। ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ, ਪੀਰ ਸਲਾਹੀ ਆਪਣਾ ਗੁਰ ਕਹਿ ਸ਼ਬਦ ਵਿਚਾਰ, ਮਿਲ ਪ੍ਰੀਤਮ ਸੁਖ ਪਾਇਆ ਸੋਭਾ ਬੰਦੇ ਨਾਲ। ਸਾਡੀ ਰੂਹ ਦਾ ਪਤੀ ਕੌਣ ਹੈ? ਉਹ ਵਾਹਿਗੁਰੂ, ਉਹ ਪਰਮੇਸ਼ਰ, ਖੁਦ ਖੁਦਾ। ਸਾਡੀ ਰੂਹ ਸੁਹਾਗਣ ਕਦ ਹੁੰਦੀ ਹੈ? ਜਦ ਇਹ ਗੁਰੂ ਦੀ ਸ਼ਰਨ ਲਵੇ, ਜਦ ਉਹ ਦਇਆ ਕਰਕੇ ਨਾਮ ਦਵੇ ਔਰ ਅਸੀਂ ਕਮਾਈ ਕਰਕੇ ਅੰਦਰ ਸ਼ਬਦ ਨੂੰ ਪਕੜ ਲਈਏ। ਜੇਕਰ ਇਹ ਇੱਕ ਵਾਰ ਸੁਹਾਗਣ ਹੋ ਜਾਏ ਤਾਂ ਫਿਰ ਕੁਝ ਬਾਕੀ ਨਹੀਂ ਰਹਿੰਦਾ। ਹੁਣ ਸ਼ਬਦ ਪ੍ਰਗਟ ਹੋ ਗਿਆ, ਉਹ ਰਾਗ ਦੀ ਲੱਜਤ, ਉਸਦਾ ਮਜ਼ਾ ਉਹੀ ਜਾਣੀ ਜਿਹੜੇ ਅੰਦਰ ਜਾਂਦੇ ਨੇ। ਧੰਨ ਹਨ ਉਹ ਸਤਿਗੁਰ ਅਤੇ ਧੰਨ ਹਨ ਉਹਨਾਂ ਦੀ ਸੰਗਤ, ਜਿਨ੍ਹਾਂ ਦੇ ਪ੍ਰਤਾਪ ਨਾਲ ਅਸੀਂ ਇਸ ਗਤੀ ਨੂੰ ਪ੍ਰਾਪਤ ਹੋਏ। ਕਲਯੁੱਗ ਵਿੱਚ ਮਾਲਕ ਦੇ ਮਿਲਣ ਲਈ ਤਿੰਨ ਹੀ ਸਾਧਨ, ਤਿੰਨ ਹੀ ਰਸਤੇ ਹਨ। ਪਹਿਲਾ ਹੈ ਇੱਕ ਸਤਸੰਗ, ਦੂਜੇ ਸਤਿਗੁਰ ਔਰ ਤੀਜੇ ਨਾਮ। ਪਹਿਲੇ ਸਤਸੰਗ ਹੈ, ਸਤਸੰਗ ਵਿੱਚ ਆ ਕੇ ਸਾਡੇ ਸਭ ਭਰਮ ਦੂਰ ਹੋ ਜਾਂਦੇ ਹਨ ਅਤੇ ਸਤਸੰਗ ਸਭ ਤੋਂ ਜ਼ਰੂਰੀ ਹੈ। ਸਤਸੰਗ ਉਸ ਮਹਾਤਮਾ ਦਾ ਚਾਹੀਦਾ ਹੈ ਜਿਹੜਾ ਰੂਹਾਨੀ ਮੰਡਲਾਂ 'ਤੇ ਜਾਂਦਾ ਹੋਵੇ, ਜਿਹੜਾ ਅੰਦਰ ਹੀ ਨਹੀਂ ਗਿਆ। ਉਹਦਾ ਸਤਸੰਗ ਦਾ ਕੀ ਫਾਇਦਾ? ਕੁਝ ਨਹੀਂ। ਜਿੱਥੋਂ ਬਹਿਸ ਮੁਬਾਸੇ, ਲੜਾਈ ਝਗੜੇ, ਜੰਗੋ ਜੱਦਲ ਹੋਣ, ਉਹ ਸਤਸੰਗ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਸਤਸੰਗਤ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਵਿਖਾਣੀਏ। ਜਿੱਥੇ ਰੂਹਾਨੀ ਕਮਾਈ ਦਾ ਜ਼ਿਕਰ ਔਰ ਨਾਮ ਦੀ ਮਹਿਮਾ ਹੈ, ਉਹ ਸਤਸੰਗ ਹੈ। ਜਦ ਸਤਸੰਗ ਵਿੱਚ ਆ ਕੇ ਸਾਡੇ ਸਾਰੇ ਭਰਮ ਦੂਰ ਹੋ ਜਾਣ, ਫਿਰ ਸਾਨੂੰ ਸਤਿਗੁਰ ਦੀ ਲੋੜ ਪੈਂਦੀ ਹੈ, ਕਿਉਂਕਿ ਸਾਡੇ ਦਰਸ਼ਨ, ਪੂਜਾ ਔਰ ਭਗਤੀ ਲਈ ਸਤਿਗੁਰ ਦੇ ਸਿਵਾ ਹੋਰ ਕੋਈ ਚੀਜ਼ ਨਹੀਂ। ਉਹ ਮਹਾਤਮਾ ਜਿਨ੍ਹਾਂ ਨੇ ਅੰਦਰ ਪਰਦਾ ਖੋਲ੍ਹ ਲਿਆ, ਮਾਲਕ ਨੂੰ ਪ੍ਰਤੱਖ ਕਰ ਲਿਆ, ਉਹ ਸਤਿਗੁਰ ਹਨ। ਜੇਕਰ ਆਦਮੀ ਉਹਨਾਂ ਦੀ ਸੰਗਤ ਵਿੱਚ ਰਹੇ ਤਾਂ ਫਾਇਦਾ ਉਠਾ ਜਾਂਦਾ ਹੈ। ਉਹ ਜਿਹੜਾ ਗੁਰਮੰਤਰ ਸਤਿਗੁਰ ਦਿੰਦੇ ਨੇ, ਇਹ ਕੇਵਲ ਜਪਣਾ ਹੀ ਨਹੀਂ ਬਲਕਿ ਉਸ ਸ਼ੈ ਨੂੰ, ਉਸ ਚੀਜ਼ ਨੂੰ ਮਿਲਣਾ ਹੈ ਜਿਸ ਦਾ ਕਿ ਉਹ ਨਾਉਂ ਹੈ। ਜਦ ਸਤਿਗੁਰ ਕੋਲ ਗਏ ਉਹਨਾਂ ਨੇ ਤਰਕੀਬ ਸਮਝਾ ਦਿੱਤੀ ਕਿ ਇਸ ਤਰ੍ਹਾਂ ਨਾਮ ਨਾਲ, ਸ਼ਬਦ ਨਾਲ ਰੂਹ ਲਾਈਦੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜਿਹੜਾ ਸ਼ਬਦ ਦਾ ਰਸ, ਰਾਮ ਦਾ ਰਸ, ਨਾਮ ਦੀ ਲੱਜਤ ਔਰ ਰਾਮ ਦਾ ਸਵਾਦ ਹੈ, ਉਹ ਸੰਤਾਂ ਦੀ ਸਭਾ ਵਿੱਚ ਜਾ ਕੇ ਆਉਂਦਾ ਹੈ। ਘਰ ਸਤਸੰਗ ਕਾਜ ਕੀਆ ਪੂਰਾ, ਪਾਪ ਨਸੇ ਮਨ ਖਾਏ ਧਤੂਰਾ। ਸਤਿਗੁਰ ਦੇ ਸਤਸੰਗ ਵਿੱਚ ਆ ਕੇ ਮੇਰਾ ਸਾਰਾ ਕੰਮ ਹੋ ਗਿਆ। ਜਿਹੜੇ ਪਾਪ ਕਿ ਮਨ ਕਰਾਉਂਦਾ ਸੀ, ਹੁਣ ਉਹ ਸਾਰੇ ਹੀ ਮੁੱਕ ਗਏ। ਅਗਰ ਅਸੀਂ ਸਤਿਗੁਰ ਦੇ ਇੱਕ ਲਫ਼ਜ਼ ਦੀ ਵੀ ਧਾਰਨਾ ਕਰ ਲਈਏ, ਕਿਆ ਹਿਰਦੇ ਵਿੱਚ ਵਸਾ ਲਈਏ, ਤਾਂ ਸਾਡਾ ਹਿਰਦਾ ਨਿਰਮਲ ਹੋ ਜਾਏ।
ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਮਹਿਮਾ ਸਾਧੂ ਸੰਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ। ਜੇਕਰ ਸਾਡਾ ਮਨ ਸਾਧੂਆਂ ਦੀ ਸੋਭਤ ਤੋਂ ਅਸਰ ਲਵੇ ਤਾਂ ਇਹ ਹਾਲਤ ਹੋ ਜਾਏ। ਹੁਣ ਸਤਸੰਗ ਤਾਂ ਅਸੀਂ ਸਾਰੇ ਸੁਣਦੇ ਹਾਂ, ਮਗਰ ਉਸ ਮਹਾਜਨ ਦੀ ਤਰ੍ਹਾਂ ਧੋਤੀ ਝਾੜਨ ਵਾਲਾ ਹਿਸਾਬ ਹੈ ਜੋ ਰੋਜ਼ ਸਤਸੰਗ ਵਿੱਚ ਜਾਂਦਾ ਸੀ ਪਰ ਅਮਲ ਨਹੀਂ ਕਰਦਾ। ਸਾਧੂਆਂ ਦੀ ਸੋਭਤ ਔਰ ਸੰਗਤ ਹੀ ਕਰੋੜਾਂ ਪਾਪ ਨਾਸ਼ ਹੋ ਜਾਂਦੇ ਨੇ, ਚਿੱਤ ਨਿਰਮਲ ਹੋ ਜਾਂਦਾ ਹੈ। ਇੱਥੇ ਹੋਰ ਕੋਈ ਦਵਾ ਕਾਰਗਰ ਨਹੀਂ ਹੁੰਦੀ, ਅਗਰ ਹੁੰਦੀ ਹੈ ਤਾਂ ਸ਼ਬਦ ਆਕਾਸ਼ਬਾਣੀ ਨਾਦ। ਜਿਸ ਵੇਲੇ ਸਤਸੰਗ ਸੁਣਿਆ, ਸ਼ਬਦ ਦੀ ਲੱਜਤ ਲਈ ਤਾਂ ਮਨ ਕਾਬੂ ਆ ਗਿਆ। ਮਨ ਕਰੋੜਾਂ ਜਨਮਾਂ ਤੋਂ ਲੱਜਤ ਦਾ ਆਸ਼ਕ ਹੈ, ਨਾਮ ਤੋਂ ਬੜ ਕੇ ਹੋਰ ਕੋਈ ਲੱਜਤ ਹੈ ਨਹੀਂ। ਪਾਪ ਪੁੰਨ ਦੋ ਗਏ ਨਸਾਈ, ਭਗਤੀ ਭਾਉ ਜੀਵ ਹਿਰਦੇ ਸਮਾਈ। ਹੁਣ ਨਾ ਪਾਪ ਰਿਹਾ ਨਾ ਪੁੰਨ ਰਿਹਾ, ਜਦਕਿ ਹਿਰਦੇ ਵਿੱਚ ਭਗਤੀ ਭਾਉ ਨੇ ਡੇਰਾ ਲਾ ਦਿੱਤਾ। ਗੁਰੂ ਦੀ ਭਗਤੀ ਨੇ ਪ੍ਰੇਮੀਆਂ ਦੇ ਹਿਰਦੇ ਨੂੰ ਨਿਰਮਲ ਕਰ ਦਿੱਤਾ, ਨਾ ਪਾਪਾਂ ਦੀ ਥਾਂ ਰਹੀ ਨਾ ਪੁੰਨਾਂ ਦੀ। ਜਿਹੜੀ ਗੁਰੂ ਭਗਤੀ ਏ, ਇਹ ਪਰਮਾਰਥ ਦੀ ਪਹਿਲੀ ਜਮਾਤ ਹੈ ਔਰ ਗੁਰਸਿੱਖ ਦੀ ਕੌਡੀ ਵੀ ਨਹੀਂ ਲੈਂਦਾ। ਜੇਕਰ ਗੁਰੂ ਭਗਤੀ ਪੂਰੀ ਨਹੀਂ ਤਾਂ ਅੰਦਰ ਕੌਣ ਖੜ੍ਹੇ ਔਰ ਖਲੋਵੇ ਕੌਣ? ਫਿਰ ਕਹਿੰਦੇ ਨੇ ਜੀ, ਮਨ ਨਹੀਂ ਲੱਗਦਾ। ਮਨ ਦੇ ਖੜ੍ਹੇ ਕਰਨ ਦਾ ਇਲਾਜ ਤਾਂ ਦੱਸਿਆ ਏ, ਗੁਰੂ ਭਗਤੀ ਕਰੋ। ਪਹਿਲਾਂ ਸਤਸੰਗ ਕਰੋ, ਫਿਰ ਰੂਹ ਨੂੰ ਅੰਦਰ ਖੜ੍ਹਾ ਕਰਕੇ ਗੁਰੂ ਦੀ ਸੇਵਾ ਕਰੋ। ਇਹਦਾ ਨਾਮ ਗੁਰੂ ਭਗਤੀ ਏ। ਇਹ ਦੁਨੀਆ ਦੀ ਮੁਹੱਬਤ, ਦੁਨੀਆ ਦਾ ਪਿਆਰ, ਦੁਨੀਆ ਦੇ ਨਜ਼ਾਰੇ ਸਾਡੀਆਂ ਨਜ਼ਰਾਂ 'ਚੋਂ ਕਦ ਗਿਰਨਗੇ ਜਦ ਅਸੀਂ ਉੱਪਰਲੇ ਨਜ਼ਾਰੇ ਦੇਖਾਂਗੇ? ਬਿਨਾਂ ਗੁਰੂ ਭਗਤੀ ਦੇ ਜੱਗ ਦਾ ਮੂੰਹ ਨਹੀਂ ਜਾਂਦਾ। ਜਿਹੜੀ ਪੁੱਤਰਾਂ ਧੀਆਂ ਦੀ ਮੁਹੱਬਤ ਹੈ, ਵਿਸ਼ੇ ਵਿਕਾਰਾਂ ਦੀ ਮੁਹੱਬਤ ਹੈ, ਹੋਰ ਹੋਰ ਦੁਨੀਆ ਦੇ ਬੰਧਨ ਨੇ, ਇਹ ਸਾਰੇ ਕੱਟੇ ਗਏ। ਇਹ ਮੋਟੇ ਬੰਧਨ ਹਨ। ਜਿਸ ਵੇਲੇ ਅੰਦਰ ਜਾਓਗੇ ਤਾਂ ਪਿਆਰ ਪੈਦਾ ਹੋਵੇਗਾ, ਇਹ ਕੱਟ ਜਾਣਗੇ। ਫਿਰ ਨਾ ਪਾਪ ਰਹਿਣਗੇ ਨਾ ਪੁੰਨ ਰਹਿਣਗੇ। ਸੁਖਮਣੀ ਸਾਹਿਬ ਵਿੱਚ ਵੀ ਕਿਹਾ ਹੈ, ਸੁਖ ਦੁੱਖ ਜਨ ਸਮਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ। ਜੋ ਸੁੱਖ ਥੀ ਖੁਸ਼ ਨਹੀਂ ਹੁੰਦਾ ਔਰ ਦੁੱਖ ਆਉਣ ਨਾਲ ਗਮ ਨਹੀਂ ਕਰਦਾ, ਉਹ ਪਾਪ ਪੁੰਨ ਦੋਹਾਂ ਤੋਂ ਰਹਿਤ ਹੈ। ਅਭਿਜੈ ਸਤਸੰਗ ਗੁਰੂ ਕਾ ਪਾਵੈ, ਹਿਲਮਿਲ ਚਰਨ ਮਾਹੇ ਲਿਪਟਾਵੈ। ਹੁਣ ਕਹਿੰਦੇ ਨੇ ਕਿ ਸਤਿਗੁਰ ਦਾ ਸਤਸੰਗ ਮਿਲ ਗਿਆ ਔਰ ਉਹਨਾਂ ਦੇ ਦਰਸ਼ਨਾਂ ਦਾ ਪ੍ਰੇਮ ਪੈਦਾ ਹੋ ਗਿਆ, ਤਾਂ ਤੇ ਪੱਕਾ ਇਰਾਦਾ, ਵਿਸ਼ਵਾਸ ਔਰ ਭਰੋਸਾ ਰੱਖ ਕੇ ਸਤਿਗੁਰ ਦੀ ਸ਼ਰਨ ਪਕੜ ਲਓ। ਇਹ ਗੱਲ ਤਦ ਹੋਵੇਗੀ ਜਦ ਸਤਿਗੁਰਾਂ ਨਾਲ ਸਾਡਾ ਪੂਰਾ ਪਿਆਰ, ਪੂਰਾ ਭਰੋਸਾ ਹੋਵੇਗਾ। ਇਹ ਗੱਲਾਂ ਦਾ ਮਜ਼ਬੂਨ ਨਹੀਂ। ਐਸੇ ਸਤਿਗੁਰ ਮਹਾਤਮਾ ਦੀ ਧੂੜ ਨੂੰ ਦੇਵੀ ਦੇਵਤੇ ਔਰ ਮਨੁੱਖ ਤਰਸਦੇ ਨੇ। ਅਸੀਂ ਉਹਨਾਂ ਦੇ ਚਰਨਾਂ 'ਤੇ ਕੁਰਬਾਨ ਹੋ ਜਾਈਏ ਤਾਂ ਵੀ ਥੋੜ੍ਹਾ ਏ। ਹੁਣ ਹਿਰਦੇ ਵਿੱਚ ਗੁਰੂ ਦਾ ਪ੍ਰੇਮ ਪਿਆਰ ਪੈਦਾ ਹੋ ਗਿਆ। ਜੇਕਰ ਗੁਰਭਗਤੀ ਔਰ ਪ੍ਰੇਮ ਨਹੀਂ, ਸ਼ਰਧਾ ਔਰ ਵਿਸ਼ਵਾਸ ਨਹੀਂ, ਭਾਵੇਂ ਸਾਰੀ ਉਮਰ ਬੈਠੇ ਰਹੋ, ਕੁਝ ਨਹੀਂ ਬਣਨਾ। ਜਿਹੜੀ ਗੁਰਮੁਖਤਾ ਹੈ, ਪ੍ਰੇਮ ਔਰ ਪਿਆਰ ਹੈ, ਇਹ ਮੂਲ ਹੈ। ਕਿਆ ਅਸਲ ਉਲ ਅਸਲ ਹੈ। ਜੇਕਰ ਮੂਲ ਜਾਂ ਮੁੱਢ ਹੀ ਨਾ ਹੋਵੇ ਤਾਂ ਪੱਥੇ ਕਿੱਥੋਂ ਨਿਕਲਣਗੇ? ਚਰਨ ਸੇਵ ਚਰਨਾਮ੍ਰਿਤ ਪੀਵੇ, ਗੁਰਪ੍ਰਸ਼ਾਦੀ ਖਾ ਨਿਤ ਜੀਵੇ। ਕਹਿੰਦੇ ਨੇ ਕਿ ਸਤਿਗੁਰ ਦੇ ਚਰਨਾਂ ਦਾ ਸੇਵਕ ਬਣ ਜਾਏ, ਚਰਨਾ ਅੰਮ੍ਰਿਤ ਪੀਵੇ ਔਰ ਉਹਨਾਂ ਦੀ ਬਖਸ਼ੀ ਹੋਈ ਪ੍ਰਸ਼ਾਦੀ ਨਾਲ ਆਪਣਾ ਜੀਵਨ ਸਫਲ ਕਰੇ। ਮਗਰ ਸਤਿਗੁਰ ਕਿਸੇ ਨੂੰ ਚਰਨਾ ਅੰਮ੍ਰਿਤ ਹੀ ਨਹੀਂ ਦਿੰਦੇ, ਫਿਰ ਪ੍ਰਸ਼ਾਦੀ ਕਿੱਥੇ? ਇਹ ਅੰਦਰਲੀ ਰਮਜ ਏ। ਸੰਤਾਂ ਨੇ ਆਪਣੇ ਜੀਵਨ ਵਿੱਚ ਚਰਨਾ ਅੰਮ੍ਰਿਤ ਕਿਸੇ ਇੱਕ ਅੱਧੇ ਨੂੰ ਹੀ ਦਿੱਤਾ, ਨਹੀਂ ਤਾਂ ਆਮ ਨਹੀਂ ਬਲਕਿ ਰਹੀ
ਪ੍ਰਸ਼ਾਦੀ ਦੀ ਗੱਲ, ਪ੍ਰਸ਼ਾਦੀ ਦੇ ਕੀ ਮਾਇਨੇ ਨੇ? ਗੁਰੂ ਆਪਣੇ ਹੱਥ ਨਾਲ ਕੋਈ ਕੱਪੜਾ ਦੇਵੇ ਜਾਂ ਕੁਝ ਹੋਰ, ਇਹ 6 ਕਿਸਮ ਦੀ ਪ੍ਰਸ਼ਾਦੀ ਏ, ਅਗਰ ਮਿਲੇ ਤਾਂ ਮੁਬਾਰਕ ਏ। ਇੱਕ ਦਫ਼ਾ ਬਾਬਾ ਸਾਵਣ ਸਿੰਘ ਜੀ ਮਹਾਰਾਜ ਨਾਲ ਭਾਈ ਸੁਰੈਣ ਸਿੰਘ, ਮੱਘਰ ਸਿੰਘ ਆਏ, ਆਗਰੇ ਗਏ। ਉੱਥੇ ਚਾਚਾ ਜੀ ਮਹਾਰਾਜ ਨੂੰ ਮਿਲੇ, ਅਰਜ਼ ਕੀਤੀ ਕਿ ਚਰਨਾ ਅੰਮ੍ਰਿਤ ਦਿਓ। ਉਹਨਾਂ ਨੇ ਕਿਹਾ ਕਿ ਮੈਂ ਪ੍ਰਸ਼ਾਦੀ ਦੇ ਦਿਆਂਗਾ ਲੇਕਿਨ ਚਰਨਾ ਅੰਮ੍ਰਿਤ ਨਹੀਂ ਦੇ ਸਕਦਾ। ਮੈਂ ਕਿਹਾ ਕਿ ਮੈਂ ਅਧਿਕਾਰੀ ਨਹੀਂ, ਮੇਰੇ ਵਿੱਚ ਕਸਰ ਹੈ। ਆਖਰ ਪ੍ਰਸ਼ਾਦੀ ਲੈ ਕੇ ਆ ਗਏ। ਗੁਰੂ ਅਮਰਦਾਸ ਸਾਹਿਬ ਫਰਮਾਉਂਦੇ ਨੇ ਕਿ ਜੇ ਸਤਿਗੁਰ ਸੇਵੇ ਸੋ ਪ੍ਰਵਾਨ, ਕਾਇਆ ਹੰਸ ਨਿਰਮਲ ਦਰ ਸੱਚੇ ਜਾਣ। ਹਰ ਸੇਵੈ ਹਰ ਮੰਨੇ ਵਸਾਏ, ਸੋਹੇ ਹਰ ਗੁਣ ਗਾਏ ਦਾ। ਕਿ ਦਰਗਾਹ ਵਿੱਚ ਕੌਣ ਜਾਂਦਾ ਹੈ, ਕਿਹੜਾ ਕਬੂਲ ਹੁੰਦਾ ਹੈ? ਜਿਹੜਾ ਸਤਿਗੁਰ ਦੀ ਸੇਵਾ ਕਰਦਾ ਹੈ। ਸਤਿਗੁਰ ਦੀ ਸੇਵਾ ਕੀ ਹੈ? ਸੂਰਜ ਚੰਦਰਮਾ ਸਤਾਰੇ ਲੰਘ ਕੇ ਸਤਿਗੁਰ ਦੇ ਚਰਨਾਂ ਵਿੱਚ ਪਹੁੰਚਣਾ। ਸਤਿਗੁਰ ਦੇ ਚਰਨਾਂ ਵਿੱਚ ਪਹੁੰਚਣਾ ਸਿੱਖ ਦਾ ਧਰਮ ਹੈ। ਅਗਰ ਸਿੱਖ ਸਤਿਗੁਰੂ ਦੇ ਚਰਨਾਂ ਤੱਕ ਨਹੀਂ ਪਹੁੰਚਦਾ ਤਾਂ ਉਹ ਨਹੀਂ ਸੰਭਾਲਦਾ, ਬਲਕਿ ਚੁੱਪ ਕਰ ਰਹਿੰਦਾ ਹੈ। ਬਰਖਿਲਾਫ਼ ਇਸ ਦੇ, ਜਦ ਤੱਕ ਸਿੱਖ ਆਪਣਾ ਧਰਮ ਪੂਰਾ ਕਰਦਾ ਹੈ, ਉਹ ਕਹਿੰਦਾ ਹੈ ਚੱਲ ਉੱਪਰ ਚੱਲ, ਮੈਂ ਤੇਰੇ ਨਾਲ ਹਾਂ। ਮਗਰ ਕੋਈ ਕੋਈ ਭਾਗਾਂ ਵਾਲਾ ਆਪਣਾ ਧਰਮ ਪੂਰਾ ਕਰਦਾ ਹੈ, ਨਹੀਂ ਤਾਂ ਅਸੀਂ ਸਾਰੇ ਹਾਏ ਹਾਏ ਕਰਦੇ ਹਾਂ। ਜੇਕਰ ਇਹ ਪਰਦਾ ਖੋਲ੍ਹ ਕੇ ਅੰਦਰ ਸਤਿਗੁਰ ਦੇ ਚਰਨਾਂ ਤੱਕ ਪਹੁੰਚ ਜਾਏ ਤਾਂ ਸਤਿਗੁਰ ਇਹਨੂੰ ਨਾਲ ਹੋ ਕੇ ਵਾਹਿਗੁਰੂ ਦੀ ਦਰਗਾਹ ਵਿੱਚ ਪਹੁੰਚਾ ਦਿੰਦਾ ਹੈ। ਦਰਸ਼ਨ ਕਰੇ ਬਚਨ ਪੁੰਨ ਸੁਨੇ, ਫਿਰ ਸੁਣ ਸੁਣ ਨਿਤ ਮਨਵੇਂ ਗੁਣੇ। ਸਿੱਖ ਨੂੰ ਚਾਹੀਦਾ ਹੈ ਕਿ ਸਤਿਗੁਰ ਦੇ ਦਰਸ਼ਨ ਕਰੇ ਔਰ ਉਹਨਾਂ ਦੇ ਬਚਨਾਂ ਨੂੰ ਸੁਣ ਸੁਣ ਕੇ ਮਨ ਵਿੱਚ ਗੁਣੇ। ਕਿਆ ਉਹਨਾਂ ਦੀ ਸਿੱਖਿਆ ਦੇ ਅਨੁਸਾਰ ਚੱਲੇ, ਜਦ ਅੰਦਰ ਗਿਆ ਤਾਂ ਅੱਗੇ ਸਤਿਗੁਰ ਖੜ੍ਹਾ ਏ। ਦੁਨੀਆਂ ਵਿੱਚ ਜੇਕਰ ਕੋਈ ਉੱਚੀ ਤੋਂ ਉੱਚੀ ਦੌਲਤ ਹੈ ਤਾਂ ਸਤਿਗੁਰ ਔਰ ਨਾਮ ਹੈ। ਸਤਿਗੁਰ ਦੇ ਬਿਨਾਂ ਨਾਮ ਨਹੀਂ ਮਿਲਦਾ ਔਰ ਨਾਮ ਦੇ ਬਿਨਾਂ ਮੁਕਤੀ ਨਹੀਂ ਹੁੰਦੀ। ਗੁਰੂ ਨਾਨਕ ਸਾਹਿਬ, ਕਬੀਰ ਸਾਹਿਬ, ਹੋਰ ਹੋਰ ਮਹਾਤਮਾ ਹੌਕਾ ਦਿੰਦਾ ਚਲੇ ਗਏ, ਇਸ ਜੱਗ ਵਿੱਚ ਸਤਿਗੁਰ ਵੀ ਦੁਰਲੱਭ ਹੈ ਔਰ ਨਾਮ ਵੀ ਦੁਰਲੱਭ ਹੈ। ਜਦ ਇਹ ਸਤਿਗੁਰ ਦੇ ਦਰਸ਼ਨ ਕਰਦਾ ਹੈ ਔਰ ਉਹਦੇ ਬਚਨਾਂ ਨੂੰ ਕੰਨ ਲਾ ਕੇ ਸੁਣਦਾ ਹੈ ਤਾਂ ਉਹ ਕਹਿੰਦਾ ਹੈ ਕਿ ਨਾਮ ਜਪ ਔਰ ਖੰਡਾ ਬ੍ਰਹਿਮੰਡਾ 'ਤੇ ਚੜ੍ਹ। ਸਤਿਗੁਰ ਦੁਨੀਆਂ ਵਿੱਚ ਵੀ ਨਾਲ ਹੈ, ਅੰਦਰ ਰੂਹਾਨੀ ਮੰਡਲਾਂ 'ਤੇ ਵੀ ਨਾਲ ਹੈ ਔਰ ਵਾਹਿਗੁਰੂ ਦੀ ਦਰਗਾਹ ਤੱਕ ਵੀ ਨਾਲ ਹੈ। ਸੋ ਗੁਰੂ ਦੇ ਬਗੈਰ ਸਾਡਾ ਕੋਈ ਨਹੀਂ। ਦੁਨੀਆਂ ਵਿੱਚ ਗੁਰੂ ਬਹੁਤ ਹਨ ਮਗਰ ਦੁਕਾਨਦਾਰ। ਪੂਰਾ ਗੁਰੂ ਕਿਤੇ ਭਾਗਾਂ ਨਾਲ ਮਿਲਦਾ ਹੈ। ਜੇਕਰ ਮਿਲ ਜਾਏ ਤਾਂ ਚਾਹੀਦਾ ਹੈ ਕਿ ਉਸ ਤੋਂ ਰਾਹ ਲੈ ਕੇ ਅੰਦਰ ਪਰਦਾ ਖੋਲ੍ਹ ਲਵੋ। ਗੁਰੂ ਅਰਜਨ ਸਾਹਿਬ ਫਰਮਾਉਂਦੇ ਹਨ, ਸਤਿਗੁਰ ਬਚਨ ਕਮਾਵਣੇ, ਸੱਚਾ ਇਹੋ ਵਿਚਾਰ, ਬਿਨ ਸਾਧੂ ਸੰਗਤ ਰਤਿਆ, ਮਾਇਆ ਮੋਹ ਸਭ ਛਾਰ। ਸੱਚੀ ਭਗਤੀ ਕੀ ਹੈ? ਜੋ ਸਤਿਗੁਰ ਹੁਕਮ ਦਿੰਦਾ ਹੈ, ਸਤਿਗੁਰ ਕਹਿੰਦਾ ਹੈ ਸ਼ਰਾਬ ਕਬਾਬ ਛੱਡ ਦੇ, ਚੋਰੀਆਂ ਠੱਗੀਆਂ ਬਦਕਾਰੀਆਂ ਥੀ ਪਰਹੇਜ ਕਰ, ਹੱਕ ਦੀ ਕਮਾਈ ਕਰ, ਆਪਣੇ ਬਾਲ ਬੱਚਿਆਂ ਵਿੱਚ ਆਪਣੇ ਮਜ਼ਹਬ ਵਿੱਚ ਰਹੋ, ਕਿਸੇ ਸੰਤ ਨੇ ਮਜ਼ਹਬ ਨਹੀਂ ਤੋੜੇ, ਹੋਰ ਕੀ ਕਰੇ? ਪਿੰਡ ਨੂੰ ਛੱਡ ਕੇ ਬ੍ਰਹਿਮੰਡ ਵਿੱਚ ਜਾਵੇ, ਸੱਚਾ ਵਿਵਹਾਰ ਕੀ ਏ? ਸੋ ਸਤਿਗੁਰ ਹਦਾਇਤ ਦਿੰਦਾ ਹੈ, ਉਹਦੇ 'ਤੇ ਅਮਲ ਕਰਨਾ। ਜਦ ਅਸੀਂ ਸਤਿਗੁਰ ਨਾਲ ਮੁਹੱਬਤ ਕਰਾਂਗੇ ਔਰ ਉਹਦੀ ਮੁਹੱਬਤ ਮੁਕੰਮਲ ਹੋ ਜਾਏਗੀ ਤਾਂ ਸਾਡੀਆਂ ਸਾਰੀਆਂ ਮੁਹੱਬਤਾਂ ਟੁੱਟ ਜਾਣਗੀਆਂ। ਗੁਰੂ ਦੀ ਮੁਹੱਬਤ ਪਰਮੇਸ਼ਰ ਨਾਲ ਏ। ਜਦ ਅਸੀਂ ਗੁਰੂ ਨਾਲ ਮੁਹੱਬਤ ਕਰਾਂਗੇ ਤਾਂ ਪਰਮਾਤਮਾ ਨਾਲ ਕਰਾਂਗੇ। ਔਰ ਸਤਿਗੁਰੂ ਦੇ ਦਰਸ਼ਨਾਂ ਦਾ ਫਾਇਦਾ ਕੀ ਹੈ? ਜਨਮਾਂ ਜਨਮਾਂ ਦੀ ਵਿਛੜੀ ਹੋਈ ਰੂਹ ਸੱਚਖੰਡ ਪਹੁੰਚ ਜਾਂਦੀ ਹੈ। ਗੁਣ ਗੁਣ ਛਾਂਟ ਲੇ ਅਨੁਸਾਰਾ, ਸਾਰ ਧਾਰ ਤਿਸ ਕਰੇ ਆਹਾਰਾ। ਕਹਿੰਦੇ ਨੇ
ਜਿਹੜੇ ਗੁਣ ਸਤਿਗੁਰ ਦੇ ਹਨ ਉਹਨਾਂ ਨੂੰ ਹਿਰਦੇ ਵਿੱਚ ਧਾਰ ਕੇ ਸੇਵਨ ਕਰੋ। ਲੇਕਿਨ ਇਹ ਗੁਰੂ ਦੀ ਸਿੱਖਿਆ ਨੂੰ ਸੁਣਦਾ ਹੀ ਨਹੀਂ। ਜਿਹੜੇ ਮਹਾਤਮਾ ਸੱਚਖੰਡ ਥੀ ਆਉਂਦੇ ਨੇ ਉਹ ਮੁਕਤੀ ਹਾਸਲ ਕਰਨ ਦੀ ਤਾਲੀਮ ਦਿੰਦੇ ਨੇ, ਜਨਮ ਮਰਨ ਮੁਕਾਉਣ ਦੀ ਦਵਾ ਦਿੰਦੇ ਨੇ, ਮਗਰ ਇਹ ਉਹਨਾਂ ਦੇ ਗੁਣ ਉਹਨਾਂ ਦੀ ਤਾਲੀਮ ਨੂੰ ਕਬੂਲ ਨਹੀਂ ਕਰਦਾ। ਉਹ ਹਿਰਦੇ ਅੰਦਰ ਧੱਸਦੀ ਹੀ ਨਹੀਂ। ਜੇਕਰ ਦਵਾਈ ਲਿਆ ਕੇ ਆਲੇ ਵਿੱਚ ਰੱਖ ਛੱਡੋ ਤਾਂ ਕੋਈ ਫਾਇਦਾ ਨਹੀਂ, ਜੇਕਰ ਇਹ ਦਵਾਈ ਖਾਂਦਾ ਤਾਂ ਅਸਰ ਹੁੰਦਾ ਔਰ ਬਿਮਾਰੀ ਚਲੀ ਜਾਂਦੀ। ਫਿਰ ਅੰਦਰ ਦਾ ਪਰਦਾ ਖੁੱਲ੍ਹ ਜਾਂਦਾ, ਪਰ ਕੋਈ ਵਿਰਲਾ ਵਿਰਲਾ ਸਤਸੰਗ ਸੁਣ ਕੇ ਕਿਤਾਬਾਂ ਪੜ੍ਹ ਕੇ ਅੰਦਰ ਜਾਣ ਦਾ ਰਾਹ ਖੋਜਦਾ ਏ। ਜਦ ਕੋਸ਼ਿਸ਼ ਕਰਦਾ ਏ ਤਾਂ ਇਹਨੂੰ ਅੰਦਰ ਰੁਕਾਵਟਾਂ ਪੈਂਦੀਆਂ ਨੇ। ਜਦ ਇਹ ਅੰਦਰ ਜਾਣ ਵਿੱਚ ਕਾਮਯਾਬ ਹੋ ਜਾਂਦਾ ਏ ਤਾਂ ਮਨ ਦੇ ਘਰ ਪਿੱਟਣਾ ਪੈ ਜਾਂਦਾ ਏ ਕਿ ਹਾਏ ਰੂਹ ਅੰਦਰ ਚਲੀ ਗਈ। ਇਹਨੂੰ ਚਾਹੀਦਾ ਏ ਕਿ ਦਿਨ ਰਾਤ ਗੁਰੂ ਭਗਤੀ ਵਿੱਚ ਲੱਗਾ ਰਹੇ। ਹੁਣ ਗੁਰੂ ਭਗਤੀ ਕਹਿੰਦੇ ਕਿਹਨੂੰ ਨੇ? ਮੈਂ ਰੋਜ਼ ਦੱਸਦਾ ਹਾਂ ਕਿ ਜਿਹੜੀ ਬਾਹਰ ਸੇਵਾ ਕਰਨੀ ਏ ਇਹ ਵੀ ਗੁਰ ਭਗਤੀ ਹੈ, ਪਰ ਅਸਲੀ ਗੁਰ ਭਗਤੀ ਕਮਾਈ ਕਰਕੇ 9 ਦਰਵਾਜ਼ੇ ਖਾਲੀ ਕਰਦੇ ਹੋਏ ਸੂਰਜ ਚੰਦਰਮਾ ਸਤਾਰੇ ਲੰਘ ਕੇ ਅੰਦਰ ਗੁਰੂ ਨੂੰ ਪ੍ਰਤੱਖ ਕਰਨਾ ਏ। ਗੁਰ ਭਗਤੀ ਆਲਾ ਅਭਿਆਸ ਏ। ਜੋ ਬਚਨ ਗੁਰੂ ਕਰਦਾ ਏ ਉਹਨੂੰ ਹਿਰਦੇ ਵਿੱਚ ਪਾ ਲਓ ਔਰ ਉਹਦੇ 'ਤੇ ਅਮਲ ਕਰੋ। ਗੁਰੂ ਦਾ ਹੁਕਮ ਸਾਰਿਆਂ ਹੁਕਮਾਂ ਤੋਂ ਸ੍ਰੇਸ਼ਟ ਔਰ ਜ਼ਰੂਰੀ ਹੈ। ਅਗਰ ਸਤਿਗੁਰ ਕਹਿੰਦਾ ਹੈ ਕਿ ਭਜਨ ਕਰੋ, ਸਿਮਰਨ ਕਰੋ, ਤਾਂ ਸਾਨੂੰ ਕਰਨਾ ਚਾਹੀਦਾ ਹੈ। ਸਤਿਗੁਰ ਜੋ ਕੁਝ ਕਹਿੰਦਾ ਹੈ ਸਿੱਖ ਦੇ ਭਲੇ ਵਾਸਤੇ ਕਹਿੰਦਾ ਹੈ, ਲੇਕਿਨ ਜਿਹੜੀ ਦੁਨੀਆ ਦੀ ਮਾਣ ਵਡਿਆਈ ਹੈ ਇਹ ਵਿੱਚ ਦੀਵਾਰ ਬਣ ਜਾਂਦੀ ਹੈ। ਮਹਾਰਾਣੀ ਕਪੂਰਥਲਾ ਮੇਰੇ ਪਾਸ ਆਈ, ਕੁਝ ਰੁਪਇਆ ਪੈਸਾ ਵੀ ਲਿਆਈ, ਮਗਰ ਮੈਂ ਇਨਕਾਰ ਕਰ ਦਿੱਤਾ। ਬਲਕਿ ਜਾਂਦੀ ਵਾਰ ਉਹਨੂੰ ਕੁਝ ਕਿਤਾਬਾਂ ਵੀ ਦਿੱਤੀਆਂ ਕਿ ਵਕਤ ਬੇਵਕਤ ਜ਼ਰੂਰ ਪੜ੍ਹ ਲਿਆ ਕਰਨਾ। ਇਸ ਦੇ ਬਰਅਕਸ ਰਾਜਾ ਸਾਹਿਬ ਕਈ ਦਫ਼ਾ ਕਹਿੰਦੇ ਰਹੇ ਕਿ ਮੈਂ ਚੱਲਿਆ ਤਾਂ ਜਾਵਾਂ, ਮਗਰ ਦੁਨੀਆ ਦੀ ਮਾਣ ਵਡਿਆਈ ਨੇ ਨਹੀਂ ਆਉਣ ਦਿੱਤਾ। ਸੋ ਮਾਣ ਵਡਿਆਈ ਛੱਡ ਕੇ ਗੁਰੂ ਦੇ ਬਚਨਾਂ ਨੂੰ ਹਿਰਦੇ ਅੰਦਰ ਪਾਓ ਔਰ ਉਹਦੇ ਨੂਰੀ ਸਰੂਪ ਨੂੰ ਅੰਦਰ ਪ੍ਰਤੱਖ ਕਰ ਲਓ। ਫਿਰ ਕੀ ਹੁੰਦਾ ਏ? ਜਿਹਨੂੰ ਗੁਰੂ ਹਰੀ ਨਾਮ ਦੇ ਭਜਨ ਦੀ ਦਵਾ ਦਿੰਦਾ ਏ ਔਰ ਉਹ ਖਾ ਲੈਂਦਾ ਏ, ਕਿਆ ਬਚਨ ਮੰਨਦਾ ਏ, ਉਹਦਾ ਹਿਰਦਾ ਨਿਰਮਲ ਹੋ ਜਾਂਦਾ ਏ, ਉਹਦੇ ਅੰਦਰੋਂ ਹਨੇਰਾ ਦੂਰ ਹੋ ਜਾਂਦਾ ਏ, ਕਿਉਂਕਿ ਗੁਰੂ ਸ਼ਬਦ ਦਾ ਪ੍ਰਕਾਸ਼ ਕਰ ਦਿੰਦਾ ਹੈ। ਕਰ ਆਹਾਰ ਪੁਸ਼ਟ ਹੁਆ ਭਾਈ, ਜਗ ਭੋਂ ਲਾਜ ਅਬ ਗਈ ਨਸਾਈ। ਹੁਣ ਹਜ਼ੂਰ ਸਵਾਮੀ ਜੀ ਮਹਾਰਾਜ ਫਰਮਾਉਂਦੇ ਹਨ ਕਿ ਜਦ ਇਹਦੀ ਸੁਰਤ ਦਾ ਬਲ ਵੱਧ ਗਿਆ, ਕਿਆ ਸਤਿਗੁਰ ਦੀ ਸੇਵਾ ਕਰਕੇ ਸਤਿਗੁਰ ਦੇ ਕਹੇ ਲੱਗ ਕੇ ਇਹ ਜਗਤ ਨਾਸ਼ਵਾਨ ਦਿਖਾਈ ਦੇਣ ਲੱਗ ਪਿਆ, ਤਾਂ ਦੁਨੀਆ ਦੀ ਸਾਰੀ ਲੋਕ ਲਾਜ ਸੁੱਟ ਦਿੱਤੀ ਔਰ ਸਾਰਿਆਂ ਦੀ ਪ੍ਰੀਤ ਨੂੰ ਤਿਆਗ ਦਿੱਤਾ। ਇਹ ਦੁਨੀਆ ਦਾ ਕੋਈ ਮਸਾਲਾ ਸਾਡੇ ਨਾਲ ਨਹੀਂ ਜਾਂਦਾ, ਨਾ ਮਾਂ ਪਿਓ, ਨਾ ਪੁੱਤਰ, ਨਾ ਧੀ, ਇਸਤਰੀ, ਧਨ, ਕੌਮ, ਮਜ਼ਹਬ। ਜਦ ਸਾਡਾ ਵਜੂਦ ਹੀ ਨਾਲ ਨਹੀਂ ਜਾਂਦਾ ਤਾਂ ਬਾਕੀ ਕੀ ਚੀਜ਼ ਜਾਣੀ ਹੈ? ਨਾਲ ਜਾਣ ਵਾਲੀਆਂ ਸਿਰਫ ਦੋ ਚੀਜ਼ਾਂ ਨੇ, ਇੱਕ ਨਾਮ ਔਰ ਦੂਜੇ ਸਤਿਗੁਰੂ। ਜਿਹੜਾ ਅੰਦਰ ਜਾਣ ਵਾਲਾ ਮਹਾਤਮਾ ਹੈ ਉਹ ਨਾਲ ਜਾਂਦਾ ਏ ਔਰ ਜਿਸ ਦਾ ਪੱਲਾ ਉਹ ਪਕੜਾਉਂਦਾ ਏ ਉਹ ਨਾਮ ਨਾਲ ਜਾਂਦਾ ਏ। ਬਾਕੀ ਇਹਦੇ ਜਿਤਨੇ ਦਾਅਵੇ ਨੇ ਉਹ ਸਭ ਝੂਠੇ ਨੇ। ਦੁਨੀਆ ਦੀ ਲੋਕ ਲਾਜ ਕਿਸੇ ਕੰਮ ਨਹੀਂ ਆਉਂਦੀ। 40 ਸਾਲ ਦੇ ਕਰੀਬ ਦਾ ਵਾਕਿਆ ਏ, ਦੋ ਪਿਓ ਪੁੱਤਰ ਆਗਰੇ ਵਿੱਚ ਹਜ਼ੂਰ ਸਵਾਮੀ ਜੀ ਮਹਾਰਾਜ ਦੇ ਸਤਸੰਗੀ ਸਨ। ਉੱਥੇ ਪਲੇਗ ਪੈ ਗਈ, ਪੁੱਤਰ ਦਾ ਅੰਤ ਸਮਾਂ ਆਇਆ ਤਾਂ ਪਿਓ ਰੋਣ ਲੱਗ ਪਿਆ।
ਪੁੱਤਰ ਨੇ ਪੁੱਛਿਆ, ਤੁਸੀਂ ਕਿਉਂ ਰੋਂਦੇ ਹੋ? ਕਹਿੰਦਾ ਏ, ਤੂੰ ਮਰਨ ਲੱਗਾ ਏ, ਇਸ ਵਾਸਤੇ ਮੈਂ ਰੋਂਦਾ ਹਾਂ। ਪੁੱਤਰ ਨੇ ਕਿਹਾ, ਨਹੀਂ, ਮੈਂ ਜਿਉਣ ਲੱਗਾ ਹਾਂ, ਮੇਰਾ ਪਰਦਾ ਖੁੱਲ੍ਹ ਗਿਆ ਹੈ, ਮੈਨੂੰ ਪਿਛਲੇ ਜਨਮ ਦੀ ਖਬਰ ਹੋ ਗਈ ਏ, ਮੈਂ ਤਦੋਂ ਬਬੋਲ ਸਾਂ। ਬਬੋਲ ਕਹਿੰਦੇ ਨੇ ਕਿੱਕਰ ਨੂੰ। ਕਿਸੇ ਸਤਸੰਗੀ ਨੇ ਮੇਰੀ ਦਾਤਣ ਲਿਆ ਕੇ ਸਵਾਮੀ ਜੀ ਦੀ ਸੇਵਾ ਵਿੱਚ ਲਾ ਦਿੱਤੀ। ਮੈਨੂੰ ਮਨੁੱਖ ਦਾ ਜਨਮ ਮਿਲਿਆ, ਪਰ ਮੇਰੀ ਬੁੱਧੀ ਜੜ ਰਹੀ। ਹੁਣ ਮੈਂ ਫਿਰ ਮਨੁੱਖ ਜਨਮ ਵਿੱਚ ਆਵਾਂਗਾ ਔਰ ਕਮਾਈ ਕਰਾਂਗਾ। ਇਹ ਖਾਸ ਵਾਕਿਆ ਹੈ। ਗੁਰ ਭਗਤੀ ਜਾਣੋ ਇਸ਼ਕ ਗੁਰੂ ਕਾ, ਮਨਮੇ ਤਸਾ ਸੁਰਤ ਮੇਂ ਪੱਕਾ। ਗੁਰ ਭਗਤੀ ਕੀ ਹੈ? ਗੁਰੂ ਦਾ ਸੱਚਾ ਪ੍ਰੇਮ, ਸੱਚਾ ਇਸ਼ਕ। ਇਹਦੇ ਵਿੱਚ ਮਨ ਤਸਿਆ ਹੋਵੇ ਤਾਂ ਸੁਰਤ ਇਹਦੇ ਵਿੱਚ ਲੀਨ ਹੁੰਦੀ ਹੈ, ਕਿਉਂਕਿ ਇੱਥੇ ਮਨ ਔਰ ਸੁਰਤ ਮਿਲੇ ਹੋਏ ਨੇ। ਤੁਸੀਂ ਖੇਤੀ ਕਰੋ, ਨੌਕਰੀ ਕਰੋ, ਦੁਕਾਨਦਾਰੀ ਕਰੋ, ਮਜ਼ਦੂਰੀ ਕਰੋ, ਰਾਜਪਾਟ ਦਾ ਕੰਮ ਕਰੋ, ਕਰਜ਼ੇ ਕੇ ਦੁਨੀਆ ਦਾ ਕੰਮ, ਚਾਹੇ ਜੋ ਵੀ ਕਰੋ, ਲੇਕਿਨ ਮਨ ਦੀ ਪ੍ਰੀਤ ਗੁਰੂ ਨਾਲ ਰੱਖੋ, ਖਿਆਲ ਉਹਦੇ ਚਰਨਾਂ ਵਿੱਚ ਲਗਾ ਕੇ ਰੱਖੋ। ਜਿਸ ਤਰ੍ਹਾਂ ਇਸਤਰੀ ਆਪਣਾ ਘਰ ਬਾਰ ਛੱਡ ਕੇ ਮਾਂ ਬਾਪ ਦੇ ਘਰ ਜਾਂਦੀ ਏ, ਉਹਨਾਂ ਦਾ ਖਾਂਦੀ ਏ, ਪਕਾਉਂਦੀ ਏ, ਹੋਰ ਹੋਰ ਕੰਮ ਕਾਜ ਕਰਦੀ ਏ, ਮਗਰ ਉਹਦਾ ਖਿਆਲ ਪਤੀ ਵਿੱਚ ਰਹਿੰਦਾ ਏ, ਇਸੇ ਤਰ੍ਹਾਂ ਦੁਨੀਆ ਦੇ ਕੰਮ ਕਾਜ ਕਰਦੇ ਹੋਏ ਧਿਆਨ ਗੁਰੂ ਦੀ ਤਰਫ ਰਹੇ, ਮਗਰ ਇਹ ਬੜੇ ਉੱਚੇ ਭਾਗਾਂ ਵਾਲਿਆਂ ਦਾ ਕੰਮ ਹੈ, ਨਹੀਂ ਤਾਂ ਸਾਡੇ ਖੋਟੇ ਭਾਗ, ਖੋਟੇ ਕਰਮ ਸਾਨੂੰ ਇੱਧਰ ਆਉਣ ਹੀ ਨਹੀਂ ਦਿੰਦੇ। ਅਸੀਂ ਦੁਨੀਆ ਦੇ ਕੰਮਾਂ ਵਿੱਚ 10-12 ਬਲਕਿ 14 ਘੰਟੇ ਵੀ ਦਈਏ ਤਾਂ ਦੇ ਦਈਏ, ਲੇਕਿਨ ਨਾਮ ਵੱਲ ਘੰਟੇ 2 ਘੰਟੇ ਵੀ ਨਹੀਂ ਆਉਂਦੇ। ਸੁੱਤੇ ਜਾਗਦੇ, ਉੱਠਦੇ ਬੈਠਦੇ, ਖਾਂਦੇ ਪੀਂਦੇ, ਗਰਜੇ ਕੇ ਹਰ ਵਕਤ ਧਿਆਨ ਗੁਰੂ ਸਰੂਪ ਵਿੱਚ ਲੱਗਾ ਰਹੇ। ਬੁੱਲੇ ਸ਼ਾਹ ਸੱਯਦ ਸੀ, ਉਹਦੀ ਬਰਾਦਰੀ ਵਿੱਚ ਕਿਸੇ ਦੀ ਸ਼ਾਦੀ ਸੀ। ਬੁੱਲੇ ਸ਼ਾਹ ਨੇ ਆਪਣੇ ਪੀਰ ਅਨਾਇਤ ਸ਼ਾਹ ਦੀ ਸੇਵਾ ਵਿੱਚ ਅਰਜ਼ ਕੀਤੀ ਕਿ ਹਜ਼ਰਤ, ਸਾਡੇ ਸ਼ਾਦੀ ਏ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ। ਅਨਾਇਤ ਸ਼ਾਹ ਦੀ ਸੇਵਾ ਵਿੱਚ ਇੱਕ ਅਰਾਈ ਲੜਕਾ ਰਹਿੰਦਾ ਸੀ, ਉਹਨਾਂ ਨੇ ਉਹਨੂੰ ਭੇਜ ਦਿੱਤਾ। ਹੁਣ ਬਰਾਦਰੀ ਵਾਲਿਆਂ ਨੇ ਅਰਾਈ ਸਮਝ ਕੇ ਇੱਜ਼ਤ ਨਾ ਕੀਤੀ। ਜੇਕਰ ਉਹ ਸਿਆਣੇ ਹੁੰਦੇ ਤਾਂ ਉਹਨੂੰ ਅਨਾਇਤ ਸ਼ਾਹ ਦਾ ਰੂਪ ਸਮਝਦੇ। ਜਦ ਸ਼ਾਦੀ ਤੋਂ ਫਾਰਗ ਹੋਏ, ਉਸ ਲੜਕੇ ਨੇ ਆਪਣੇ ਪੀਰ ਅਨਾਇਤ ਸ਼ਾਹ ਨੂੰ ਜਾ ਕੇ ਸਾਰੀ ਹਾਲਤ ਸੁਣਾਈ। ਉਹਨਾਂ ਨੇ ਨਾਰਾਜ਼ ਹੋ ਕੇ ਕਿਹਾ ਕਿ ਇਸ ਬੁੱਲੇ ਸ਼ਾਹ ਨਿਕੰਮੇ ਦਾ ਪਾਣੀ ਵੀ ਨਹੀਂ ਪੀਣਾ। ਇੰਨਾ ਕਹਿਣਾ ਸੀ ਕਿ ਬੁੱਲੇ ਸ਼ਾਹ ਦਾ ਸਾਰਾ ਨਾਮ ਦਾ ਰੰਗ ਉੱਤਰ ਗਿਆ, ਖਾਲੀ ਦਾ ਖਾਲੀ ਰਹਿ ਗਿਆ। ਰੋਂਦਾ ਰੋਂਦਾ ਅਨਾਇਤ ਸ਼ਾਹ ਦੇ ਪਾਸ ਆਇਆ ਔਰ ਅਰਜ਼ ਕੀਤੀ ਕਿ ਮੈਨੂੰ ਬਖਸ਼ ਲਓ, ਮੇਰੇ 'ਤੇ ਕਿਰਪਾ ਕਰੋ, ਮੈਂ ਭੁੱਲ ਗਿਆ, ਅਜਮਾਇਸ਼ ਦੇ ਵਕਤ ਪੜ੍ਹੇ ਲਿਖੇ ਜ਼ਿਆਦਾ ਫੇਲ ਹੋ ਜਾਂਦੇ ਨੇ। ਜਦ ਕਿਸੇ ਨੂੰ ਕਹੀਏ ਕਿ ਜਾਓ ਸਤਸੰਗ ਕਰੋ, ਉਹ ਕੁਝ ਦੇ ਕੁਝ ਬਣ ਜਾਂਦੇ ਨੇ। ਜਿਸ ਤਰ੍ਹਾਂ ਕਿਸੇ ਗਰੀਬ ਦੀ ਕੁੱਲੀ ਵਿੱਚ ਹਾਥੀ ਆ ਵੜਿਆ, ਸੰਭਾਲਣਾ ਮੁਸ਼ਕਲ ਹੋ ਗਿਆ। ਇੱਕ ਬਾਵਾ ਕਮਲਦਾਸ ਜੀ ਔਰ ਦੂਜੇ ਭਾਈ ਮੋਹਨ ਸਿੰਘ ਸਾਬਤ ਰਹੇ, ਬਾਕੀ ਸਭ ਫੇਲ ਹੋ ਗਏ। ਕਿਹਦਾ ਕਿਹਦਾ ਨਾਂ ਲਈਏ? ਕਹਿੰਦੇ ਨੇ ਕਿ ਅਸੀਂ ਜਤੀ ਹਾਂ, ਮਗਰ ਗੁਰੂ ਦੀ ਸ਼ਰਨ ਵਿੱਚ ਪੂਰਾ ਉਤਰਨਾ ਕਿਸੇ ਮਰਦ ਦਾ ਕੰਮ ਏ, ਐਰੇ ਗਹਿਰੇ ਦਾ ਕੰਮ ਨਹੀਂ। ਪੱਕ ਪੱਕ ਘੱਟ ਮੇਂ ਗਾੜਾ ਥਾਣਾ, ਥਾਨ ਗਾੜ ਅਬ ਹੁਆ ਦੀਵਾਨਾ। ਕਹਿੰਦੇ ਨੇ ਹੁਣ ਜਦ ਘੱਟ ਵਿੱਚ ਗੁਰੂ ਦਾ ਧਿਆਨ ਪੱਕ ਗਿਆ ਤਾਂ ਸੁਰਤ ਸਤਿਗੁਰ ਦੀ ਦੀਵਾਨੀ ਹੋ ਗਈ। ਜਦ ਸਿੱਖ ਦਾ ਪੂਰਾ ਧਿਆਨ ਪ੍ਰੇਮ ਹੋ ਜਾਏ, ਉਹ ਆਪਣਾ ਫਰਜ਼ ਅਦਾ ਕਰੇ ਤਾਂ ਗੁਰੂ ਵੀ ਆਪਣਾ ਫਰਜ਼ ਅਦਾ ਕਰੇਗਾ। ਜਿਸ ਤਰ੍ਹਾਂ ਛੋਟਾ ਬੱਚਾ ਹੁੰਦਾ ਏ, ਮਾਂ ਉਸ ਦਾ ਹਰ ਕਿਸਮ ਦਾ ਖਿਆਲ ਰੱਖਦੀ ਏ, ਕਿਤੇ ਅੱਗ ਵਿੱਚ ਨਾ ਹੱਥ ਪਾਵੇ, ਕੁਝ ਹੋਰ ਨਾ ਕਰ ਬੈਠੇ, ਗਰਜੇ ਕੇ ਉਹਦੀ ਪੂਰੀ ਰੱਖਿਆ ਕਰਦੀ ਏ। ਅਗਰ ਬੱਚਾ ਬਿਮਾਰ ਏ
ਤਾਂ ਉਹ ਡਾਕਟਰ ਦੇ ਪਾਸ ਲੈ ਜਾਂਦੀ ਹੈ। ਜੇਕਰ ਡਾਕਟਰ ਮਨ੍ਹਾ ਕਰੇ ਕਿ ਇਹਨੂੰ ਮਿਠਾਈ ਨਹੀਂ ਦੇਣੀ ਤਾਂ ਮਿਠਾਈ ਨਹੀਂ ਦਿੰਦੀ। ਇਸੀ ਤਰ੍ਹਾਂ ਜਦ ਗੁਰੂ ਨਾਮ ਦਿੰਦਾ ਹੈ ਉਸੇ ਦਿਨ ਤੋਂ ਸਿੱਖ ਦੀ ਰੱਖਿਆ ਕਰਨ ਲੱਗ ਜਾਂਦਾ ਹੈ, ਮਗਰ ਦੱਸਦਾ ਨਹੀਂ। ਅਗਰ ਸਿੱਖ ਬੁਰੇ ਚਾਲ ਚੱਲਣ ਵਾਲਾ ਹੈ ਤਾਂ ਵੀ ਉਹ ਚੁੱਪ ਕਰ ਰਹਿੰਦਾ ਹੈ। ਅਗਰ ਸਿੱਖ ਪੂਰੀ ਡਿਊਟੀ ਦੇਵੇ ਤਾਂ ਉਹ ਖੁਦ ਹੀ ਦੇਖ ਸਕਦਾ ਹੈ ਕਿ ਗੁਰੂ ਕਰਦਾ ਕੀ ਹੈ। ਫਿਰ ਗੁਰੂ ਨੇਕੀ ਕਰਕੇ ਇਨਾਮ ਨਹੀਂ ਮੰਗਦਾ। ਲੱਖਾ ਸਿੰਘ ਅੰਮ੍ਰਿਤਸਰ ਵਿੱਚ ਇੱਕ ਅੱਛਾ ਪ੍ਰੇਮੀ ਸਤਸੰਗੀ ਸੀ। ਇੱਕ ਵਾਰ ਉਹ ਨਾਂਦੇੜ ਸੂਬਾ ਦੱਖਣ ਚਲਾ ਗਿਆ। ਉੱਥੇ ਉਹਨੂੰ ਇੱਕ ਬੁੱਢਾ ਆਦਮੀ ਮਿਲ ਗਿਆ। ਦੋਹਾਂ ਨੇ ਇੱਕ ਗੁਰਦੁਆਰੇ ਜਾਣਾ ਸੀ। ਚਲਦੇ ਚਲਦੇ ਰਸਤੇ ਵਿੱਚ ਇੱਕ ਜੰਗਲ ਆ ਗਿਆ। ਹੁਣ ਜੰਗਲ ਵਿੱਚ ਸ਼ੇਰ, ਬਘਿਆੜ, ਹੋਰ ਕਈ ਖੂੰਖਾਰ ਜਾਨਵਰ ਹੁੰਦੇ ਨੇ। ਉੱਧਰ ਸ਼ਾਮ ਹੋ ਗਈ, ਇੱਧਰ ਉਹ ਰਸਤਾ ਭੁੱਲ ਗਏ। ਜਿੱਧਰ ਜਾਣ ਜੰਗਲ ਹੀ ਜੰਗਲ, ਜਾਣਾ ਤਾਂ ਕਿੱਥੇ ਜਾਣ। ਬੁੱਢਾ ਆਦਮੀ ਤਾਂ ਰੋਣ ਲੱਗ ਪਿਆ ਕਿ ਕੀ ਕਰੀਏ, ਅੱਜ ਕੋਈ ਜੰਗਲੀ ਜਾਨਵਰ ਜ਼ਰੂਰ ਸਾਨੂੰ ਖਾ ਜਾਏਗਾ। ਮਗਰ ਲੱਖਾ ਸਿੰਘ ਦੀ ਹਾਲਤ ਹੋਰ ਸੀ। ਉਹ ਚੁੱਪ ਚਾਪ ਭਜਨ 'ਤੇ ਬੈਠ ਗਿਆ। ਮਹਾਰਾਜ ਜੀ ਨੇ ਦੱਸਿਆ ਕਿ ਇੱਥੋਂ 1.5 ਮੀਲ ਦਹਿਨੇ ਜਾਓ, ਉੱਥੇ ਇੱਕ ਪਗਡੰਡੀ ਮਿਲੇਗੀ, ਉਸ 'ਤੇ ਚਲੇ ਜਾਣਾ। ਥੋੜ੍ਹੀ ਦੂਰ ਇੱਕ ਛੋਟਾ ਜਿਹਾ ਗਾਓਂ ਆਵੇਗਾ, ਉੱਥੋਂ ਰਸਤਾ ਮਿਲੇਗਾ। ਜਦੋਂ 1.5 ਮੀਲ ਦਹਿਨੇ ਗਏ ਤਾਂ ਪਗਡੰਡੀ ਮਿਲ ਗਈ, ਫਿਰ ਗਾਓਂ ਮਿਲ ਗਿਆ। ਉੱਥੇ ਰਾਤ ਰਹੇ, ਅਗਲੇ ਦਿਨ ਸਵੇਰੇ ਗੁਰਦੁਆਰੇ ਨੂੰ ਚੱਲ ਪਏ ਔਰ ਮੰਜ਼ਲੇ ਮਕਸੂਦ 'ਤੇ ਪਹੁੰਚ ਗਏ। ਸੋ ਗੁਰੂ ਦਾ ਭਰੋਸਾ ਔਰ ਗੁਰੂ 'ਤੇ ਵਿਸ਼ਵਾਸ ਕਰੋ, ਕਿਉਂਕਿ ਗੁਰੂ ਹੀ ਸੰਸਾਰ ਸਮੁੰਦਰ ਤੋਂ ਪਾਰ ਲਾਉਣ ਵਾਲਾ ਹੈ। ਜੇਕਰ ਗੁਰੂ ਲੱਖਾਂ ਕੋਹਾਂ 'ਤੇ ਹੋਵੇ, ਅਗਰ ਸਿੱਖ ਉਹਨੂੰ ਯਾਦ ਕਰੇਗਾ ਤਾਂ ਉਹ ਮਦਦ ਦਿੰਦਾ ਹੈ। ਔਰ ਜੇਕਰ ਗੁਰੂ ਹੋਵੇ ਬਨਾਰਸ ਵਿੱਚ ਔਰ ਚੇਲਾ 7 ਸਮੁੰਦਰ ਪਾਰ ਹੋਵੇ ਤਾਂ ਵੀ ਗੁਰੂ ਉਹਦੇ ਕੋਲ ਹੀ ਹੈ। ਗੁਰੂ ਛਿੰਨ ਛਿੰਨ ਉਹਦੀ ਸ਼ਬਦ ਰੂਪ ਦੀ ਥਾਂ ਸੰਭਾਲ ਕਰਦਾ ਹੈ। ਗੁਰੂ ਕਾ ਰੂਪ ਲੱਗੇ ਅਸ ਪਿਆਰਾ, ਕਾਮਿਨ ਪਤੀ ਮੀਨਾ ਜਲਧਾਰਾ। ਕਹਿੰਦੇ ਨੇ ਕਿ ਸਤਿਗੁਰ ਦਾ ਸਰੂਪ ਸਿੱਖ ਨੂੰ ਇਹੋ ਜਿਹਾ ਪਿਆਰਾ ਲੱਗਦਾ ਹੈ ਜਿਸ ਤਰ੍ਹਾਂ ਇਸਤਰੀ ਨੂੰ ਪਤੀ ਔਰ ਮਛਲੀ ਨੂੰ ਜਲ ਦੀ ਧਾਰਾ। ਗੁਰੂ ਦੀ ਭਗਤੀ, ਪ੍ਰੇਮ ਔਰ ਇਸ਼ਕ ਹਮੇਸ਼ਾ ਸਿੱਖ ਨੂੰ ਸੁੱਖ ਦਿੰਦਾ ਹੈ। ਜਦ ਅਸੀਂ ਗੁਰੂ ਦੇ ਸਤਸੰਗ ਵਿੱਚ ਜਾਂਦੇ ਹਾਂ, ਉਹਦੇ ਦਰਸ਼ਨ ਕਰਦੇ ਹਾਂ, ਪਿਆਰ ਨਾਲ ਭਜਨ ਸੁਣਦੇ ਹਾਂ ਤਾਂ ਸੁੱਖ ਮਿਲਦਾ ਹੈ। 3 ਕਿਸਮ ਦੇ ਮੁਰਸ਼ਦ ਹੁੰਦੇ ਹਨ। ਪਹਿਲੇ ਅਧਨਾ ਕਿਸਮ ਦੇ, ਉਹ ਮੁਰਗੀ ਦੀ ਤਰ੍ਹਾਂ ਹਨ। ਮੁਰਗੀ ਅੰਡਿਆਂ 'ਤੇ ਬਹਿੰਦੀ ਹੈ ਤਾਂ ਅੰਡਿਆਂ 'ਚੋਂ ਬੱਚੇ ਨਿਕਲਦੇ ਹਨ। ਇਸੀ ਤਰ੍ਹਾਂ ਉਹ ਸਿੱਖਾਂ ਦੇ ਕੋਲ ਰਹਿ ਰਹਿ ਕੇ ਉਹਨਾਂ ਦੀ ਸੰਭਾਲ ਕਰਦੇ ਹਨ। ਦੂਜੇ ਕੱਛੂ ਵਾਂਗ ਹਨ, ਜਿਵੇਂ ਕੱਛੂ ਆਪਣੀ ਨਜ਼ਰ ਨਾਲ ਅੰਡਿਆਂ ਨੂੰ ਪਕਾਉਂਦਾ ਹੈ, ਇਸੀ ਤਰ੍ਹਾਂ ਉਹ ਵੀ ਆਪਣੀ ਦ੍ਰਿਸ਼ਟੀ ਔਰ ਤਵੱਜੋ ਦੀ ਨੇੜੇ ਨੇੜੇ ਦੇ ਸੇਵਕਾਂ ਦੀ ਰੱਖਿਆ ਕਰਦੇ ਨੇ। ਤੀਜੇ ਕੂੰਜ ਦੀ ਕਿਸਮ ਦੇ ਹੁੰਦੇ ਹਨ। ਕੂੰਜ 1000 ਮੀਲਾਂ ਤੋਂ ਆਪਣੇ ਅੰਡਿਆਂ ਨੂੰ ਤਵੱਜੋ ਨਾਲ ਪਕਾਉਂਦੀ ਹੈ। ਇਸੀ ਤਰ੍ਹਾਂ ਅਗਰ ਸਿੱਖ ਅਮਰੀਕਾ ਵਿੱਚ ਹੈ, ਅਫਰੀਕਾ ਵਿੱਚ ਹੈ ਜਾਂ ਕਿਸੇ ਹੋਰ ਦੂਰ ਦਰਾਜ ਮੁਕਾਮ 'ਤੇ ਹੈ, ਪੂਰਾ ਗੁਰੂ ਆਪਣੀ ਤਵੱਜੋ ਦੇਵੇਗਾ। ਅਸੀਂ ਸਤਪੁਰਸ਼ ਦੇਖਿਆ ਨਹੀਂ, ਸਤਨਾਮ ਦੇਖਿਆ ਨਹੀਂ, ਅਸੀਂ ਗੁਰੂ ਨੂੰ ਦੇਖਿਆ ਹੈ। ਜਦ ਗੁਰੂ ਮਿਲਿਆ ਉਹ ਕਹਿੰਦਾ ਹੈ ਆਓ ਤੁਹਾਨੂੰ ਸਤਪੁਰਸ਼ ਨਾਲ ਮਿਲਾਵਾਂ। ਮਤਲਬ ਤਾਂ ਇਹ ਹੈ ਕਿ ਜਦ ਗੁਰੂ ਮਿਲਿਆ ਉਸਨੇ ਨਾਮ ਦਿੱਤਾ, ਅਸੀਂ ਨਾਮ ਦੀ ਕਮਾਈ ਕਰਕੇ ਅੰਦਰ ਵੜੇ, ਅਸੀਂ ਪਹਿਲਾਂ ਗੁਰੂ ਵਿੱਚ ਲੀਨ ਹੋਵਾਂਗੇ, ਅੱਗੇ ਗੁਰੂ ਈਸ਼ਵਰ ਵਿੱਚ ਲੀਨ ਹੈ, ਅਸੀਂ ਵੀ ਈਸ਼ਵਰ ਵਿੱਚ ਸਮਾ ਜਾਵਾਂਗੇ। ਸਤਸੰਗ ਕਰਨਾ ਐਸਾ ਚਾਹੀਏ, ਸਤਸੰਗ ਕਾ ਫਲ ਯਹੀ ਸਹੀ ਹੈ। ਸਤਸੰਗ ਇਹੋ ਜਿਹਾ ਕਰਨਾ ਚਾਹੀਦਾ ਹੈ ਔਰ ਸਤਸੰਗ ਦਾ ਸੱਚਾ ਫਲ ਵੀ ਇਹੋ ਹੀ ਹੈ ਕਿ ਗੁਰੂ ਨਾਲ ਸੱਚਾ ਪ੍ਰੇਮ ਔਰ ਪ੍ਰੀਤ ਹੋਵੇ। ਗੁਰੂ ਦੇ ਸਤਸੰਗ ਦੀ ਵਡਿਆਈ ਨਹੀਂ ਹੋ ਸਕਦੀ। ਵੇਦ, ਸ਼ਾਸਤਰ, ਬ੍ਰਹਮਾ, ਵਿਸ਼ਨੂੰ, ਸ਼ਿਵ, ਗੁਰੂ ਦੀ
ਮਹਿਮਾ ਨਹੀਂ ਕਰ ਸਕਦੇ। ਚੋਰ, ਠੱਗ, ਬਦਕਾਰ, ਹੋਰ ਮੈਲੇ ਔਰ ਅਧਮ ਜੀਵਾਂ ਨੂੰ, ਜਿਹੜੇ ਆਪਣੇ ਆਪਣੇ ਕਰਮ ਅਨੁਸਾਰ ਕੁੱਤੇ ਬਿੱਲੇ ਬਣਨ ਦੇ ਯੋਗ ਸਨ, ਸਤਿਗੁਰ ਨੇ ਨਾਮ ਜਪਾ ਕੇ ਔਰ ਸਤਸੰਗ ਸੁਣਾ ਕੇ ਸੱਚਖੰਡ ਪਹੁੰਚਾ ਦਿੱਤੇ। ਜਿਸ ਤਰ੍ਹਾਂ ਧੋਬੀ ਗੰਦੇ ਤੋਂ ਗੰਦੇ ਔਰ ਮੈਲੇ ਕੱਪੜੇ ਨੂੰ ਧੋ ਕੇ ਇਸਤਰੀ ਕਰਕੇ ਸੰਦੂਕ ਵਿੱਚ ਰੱਖਣ ਦੇ ਕਾਬਲ ਬਣਾ ਦਿੰਦਾ ਹੈ, ਇਹੋ ਹਾਲ ਸਤਿਗੁਰ ਦਾ ਹੈ। ਜਿਉਂ ਜਿਉਂ ਸਿੱਖ ਦਾ ਪ੍ਰੇਮ ਪਿਆਰ ਵੱਧਦਾ ਚਲਾ ਜਾਂਦਾ ਹੈ, ਤਿਉਂ ਤਿਉਂ ਇਹਨੂੰ ਸਤਸੰਗ ਦੀ ਖਬਰ ਪੈਂਦੀ ਹੈ, ਗੁਰੂ ਦਾ ਅਸਲੀ ਰੂਪ ਨਜ਼ਰ ਆਉਂਦਾ ਹੈ। ਗੁਰੂ ਰੂਪ ਦੇਹ ਨਹੀਂ, ਇਹ ਸਰੀਰ ਤਾਂ ਸਾਨੂੰ ਸਮਝਾਉਣ ਬੁਝਾਉਣ ਵਾਸਤੇ ਧਾਰਿਆ ਹੈ। ਸਤਿਗੁਰ ਦਾ ਅਸਲੀ ਰੂਪ ਕੀ ਹੈ? ਸ਼ਬਦ ਧੁਨ, ਇਹਦੇ ਵਿੱਚ ਹਮੇਸ਼ਾ ਰਹਿੰਦੇ ਨੇ ਔਰ ਹਮੇਸ਼ਾ ਰਹਿਣਗੇ। ਮਾਲਕ ਵੱਲੋਂ 10-20-100 ਸਾਲ ਦਾ ਹੁਕਮ ਹੋਇਆ ਹੈ, ਆਏ ਔਰ ਕੰਮ ਕਰਕੇ ਚਲੇ ਗਏ। ਇਸ ਵਾਸਤੇ ਨਾ ਇਹ ਦੇਹ ਸੰਤਾਂ ਦੀ ਹੈ ਔਰ ਨਾ ਇਹ ਘਰ ਉਹਨਾਂ ਦੇ ਘਰ ਹਨ। ਜ਼ਿਕਰ ਹੈ ਕਿ ਇੱਕ ਪੰਡਿਤ ਬੈਲ 'ਤੇ ਕਿਤਾਬਾਂ ਲੱਦ ਕੇ ਕਬੀਰ ਸਾਹਿਬ ਨਾਲ ਬਹਿਸ ਕਰਨ ਕਾਸ਼ੀ ਵਿੱਚ ਉਹਨਾਂ ਦੇ ਘਰ ਗਿਆ। ਅੱਗੇ ਕਬੀਰ ਸਾਹਿਬ ਕਿਤੇ ਬਾਹਰ ਗਏ ਹੋਏ ਸਨ, ਘਰ ਵਿੱਚ ਉਹਨਾਂ ਦੀ ਧਰਮ ਪਤਨੀ ਕਮਾਲੀ ਸੀ। ਪੰਡਿਤ ਨੇ ਪੁੱਛਿਆ, ਕਬੀਰ ਸਾਹਿਬ ਦਾ ਘਰ ਇਹੋ ਹੈ? ਕਮਾਲੀ ਨੇ ਕਿਹਾ ਕਿ ਇਹ ਕਬੀਰ ਸਾਹਿਬ ਦਾ ਘਰ ਨਹੀਂ, ਉਹਨਾਂ ਦਾ ਘਰ ਤਾਂ ਬ੍ਰਹਮਾ, ਵਿਸ਼ਨੂੰ, ਸ਼ਿਵ ਨੂੰ ਵੀ ਨਹੀਂ ਮਿਲਿਆ। ਤੂੰ ਕਬੀਰ ਸਾਹਿਬ ਨੂੰ ਦੇਹ ਸਮਝਿਆ ਹੈ? ਇਹ ਦੇਹ ਨਹੀਂ ਹਨ, ਭਾਵ ਤੂੰ ਕਬੀਰ ਸਾਹਿਬ ਨੂੰ ਸਮਝਿਆ ਹੀ ਨਹੀਂ। ਪੰਡਿਤ ਚੁੱਪ ਚਾਪ ਵਾਪਸ ਚਲਾ ਗਿਆ। ਸਤਸੰਗ ਸਤਸੰਗ ਮੁਖਮੇ ਗਾਵੇਂ, ਕਰੇ ਨਿਤ ਫਲ ਕਛੂ ਨਾ ਪਾਵੇਂ। ਕਹਿੰਦੇ ਨੇ ਕਿ ਲੋਕ ਬਾਹਰੋਂ ਸਤਸੰਗ ਆਉਂਦੇ ਨੇ, ਸਤਸੰਗ ਵਿੱਚ ਜਾਂਦੇ ਨੇ, ਮਗਰ ਉਹਦਾ ਫਲ ਉਹਨਾਂ ਨੂੰ ਕੁਝ ਨਹੀਂ ਮਿਲਦਾ। ਜਿਹੜਾ ਸਤਸੰਗ ਦਾ ਸਾਰ ਰਸ ਏ ਆਦਮੀ ਦੇ ਅੰਦਰ ਏ, ਕਰੋੜਾਂ ਖੰਡ ਬ੍ਰਹਿਮੰਡ ਆਦਮੀ ਦੇ ਅੰਦਰ ਨੇ, ਕਰੋੜਾਂ ਰਿੱਧੀਆਂ ਸਿੱਧੀਆਂ ਸ਼ਕਤੀਆਂ ਅੰਦਰ ਨੇ। ਜਿਉਂ ਜਿਉਂ ਉਹਨਾਂ ਨੇ ਮਹਾਤਮਾ ਦਾ ਸਤਸੰਗ ਕੀਤਾ, ਸੱਚੇ ਮਨ ਨਾਲ ਨਾਮ ਲੈ ਕੇ ਉਹਦੀ ਕਮਾਈ ਕੀਤੀ, ਅੰਦਰ ਅੰਮ੍ਰਿਤ ਦਾ ਰਸ ਲੈ ਲਿਆ, ਨਹੀਂ ਤਾਂ ਅੰਮ੍ਰਿਤ ਮੂੰਹ 'ਤੇ ਕਹਿਣ ਨਾਲ ਨਹੀਂ ਮਿਲਦਾ। ਅਗਰ ਕੋਈ ਦਾਇਮੀ ਸ਼ਾਂਤੀ ਹੈ ਤਾਂ ਆਦਮੀ ਦੇ ਅੰਦਰ ਹੈ ਔਰ ਸੱਚੇ ਸਤਸੰਗ ਵਿੱਚ ਆਉਂਦੀ ਹੈ। ਅਗਰ ਬਾਹਰ ਇਹਨੂੰ ਦੁਨੀਆ ਦਾ ਰਾਜ ਵੀ ਦੇ ਦਈਏ ਤਾਂ ਸ਼ਾਂਤੀ ਨਹੀਂ ਆਉਂਦੀ। ਜਿੰਨੀ ਦੁਨੀਆ ਦੀ ਭਭੂਤੀ ਜ਼ਿਆਦਾ, ਉਨੀ ਸ਼ਾਂਤੀ ਦੂਰ। ਸਤਿਗੁਰ ਦੇ ਸਤਸੰਗ ਔਰ ਮੁਹੱਬਤ ਹੀ ਅੰਦਰ ਨਾਮ ਦੀ ਲੱਜਤ ਪਾ ਕੇ ਸਤਿਗੁਰ ਨਾਲ ਸੱਚਾ ਪਿਆਰ ਹੁੰਦਾ ਹੈ। ਜਿਹੜੇ ਲੋਕ ਸਤਨਾਮ ਔਰ ਹਰੀ ਰਾਮ ਦਾ ਸਿਮਰਨ ਕਰਦੇ ਨੇ ਔਰ ਸਤਿਗੁਰ ਨਾਲ ਪ੍ਰੀਤ ਨਹੀਂ ਕਰਦੇ, ਉਹਨਾਂ ਦੀ ਇਹ ਕਰਨੀ ਨਿਸਫਲ ਹੋ ਜਾਂਦੀ ਹੈ, ਕਿਉਂਕਿ ਨਾਮ ਸਤਿਗੁਰ ਦੇ ਅਧੀਨ ਹੈ। ਜਿਹੜਾ ਸਤਿਗੁਰ ਨੂੰ ਫੜੇਗਾ ਉਹ ਰਾਮ ਔਰ ਨਾਮ ਦੋਵੇਂ ਮਿਲ ਜਾਣਗੇ, ਔਰ ਜਿਹੜਾ ਸਤਿਗੁਰ ਦੀ ਨਾਮ ਲੈ ਕੇ ਉਹਨਾਂ ਨਾਲ ਪ੍ਰੀਤ ਨਹੀਂ ਕਰੇਗਾ ਉਹਨੂੰ ਨਾ ਰਾਮ ਮਿਲੇਗਾ ਨਾ ਨਾਮ ਹੀ ਮਿਲੇਗਾ। ਸਤਿਗੁਰ ਆਪਣੀ ਦਇਆ ਨਾਲ ਸਦਾ ਜੀਵ ਦੀ ਸੰਭਾਲ ਕਰਦੇ ਨੇ ਔਰ ਚਾਹੁੰਦੇ ਨੇ ਕਿ ਸਾਰੇ ਸਿੱਖ ਉਹਨਾਂ ਦੇ ਚਰਨਾਂ ਵਿੱਚ ਸੁੱਖ, ਪ੍ਰੀਤ ਔਰ ਪ੍ਰਤੀਤ ਕਰਨ, ਪਰ ਇਹ ਮਨ ਨਹੀਂ ਚਾਹੁੰਦਾ ਕਿ ਜੀਵ ਨੂੰ ਇਹੋ ਜਿਹੀ ਅਵਸਥਾ ਪ੍ਰਾਪਤ ਹੋਵੇ। ਇਸ ਵਾਸਤੇ ਉਹ ਭੋਗਾਂ ਵੱਲ ਖਿੱਚਦਾ ਹੈ ਔਰ ਜੀਵ ਨੂੰ ਆਪਣੇ ਹੁਕਮ ਵਿੱਚ ਚਲਾਉਣਾ ਚਾਹੁੰਦਾ ਹੈ। ਸੋ ਜੀਵਾਂ ਨੂੰ ਚਾਹੀਦਾ ਹੈ ਕਿ ਮਨ ਦੀ ਘਾਟ ਤੋਂ ਬਚ ਕੇ ਸਤਿਗੁਰ ਦੇ ਚਰਨਾਂ ਨੂੰ ਮਜ਼ਬੂਤੀ ਨਾਲ ਸੰਭਾਲੀ ਰੱਖਣ ਔਰ ਮਨ ਦੇ ਜਾਲ ਵਿੱਚ ਨਾ ਫਸਣ। ਸਤਸੰਗ ਮਹਿਮਾ ਹੈ ਅਤਿ ਭਾਰੀ, ਪਰ ਕੋਈ ਜੀਵ ਮਿਲੇ ਅਧਿਕਾਰੀ। ਸਤਸੰਗ ਦੀ ਮਹਿਮਾ ਕੀ ਕਹੀਏ, ਉਹ ਅਤਿ ਮਹਾਨ ਹੈ, ਮਗਰ ਜੀਵ ਵੀ ਤਾਂ ਅਧਿਕਾਰੀ ਚਾਹੀਦਾ ਹੈ। ਜਦ ਤੱਕ ਕਿਸੇ ਸ਼ਬਦ ਸਰੂਪੀ, ਸ਼ਬਦ ਅਭਿਆਸੀ ਮਹਾਤਮਾ ਦਾ ਸਤਸੰਗ ਨਹੀਂ ਮਿਲਦਾ, ਅੰਦਰ ਪਰਦਾ ਨਹੀਂ ਖੁੱਲਦਾ। ਕੁੰਜੀ ਸਤਿਗੁਰ ਦੇ ਹੱਥ ਵਿੱਚ ਹੈ, ਗੁਣੀ ਵੀ ਹਨ, ਗਿਆਨੀ ਵੀ ਹਨ, ਲੇਕਿਨ ਕੁੰਜੀ ਵਾਲਾ ਮਹਾਤਮਾ ਕਿਤੇ ਕਿਤੇ ਮਿਲਦਾ ਹੈ। ਮੈਂ ਸਿੱਖਾਂ ਦੇ ਘਰ ਪੈਦਾ ਹੋ ਕੇ 22 ਸਾਲ ਖੋਜਿਆ ਏ,
ਕਿਸੇ ਸਭਾ ਦਾ ਸਕੱਤਰ ਰਿਹਾ, ਕਿਸੇ ਦਾ ਪ੍ਰੈਜ਼ੀਡੈਂਟ। ਮੈਂ ਕਹਿੰਦਾ ਹੁੰਦਾ ਸੀ ਕਿ ਆਦਮੀ ਨੂੰ ਪੂਜਾਂ। ਜਦ ਗ੍ਰੰਥ ਸਾਹਿਬ ਨੂੰ ਪੜ੍ਹਿਆ ਤਾਂ ਉਹ ਕਹਿੰਦੇ ਨੇ ਚਲੋ ਸੰਤਾਂ ਗੁਰੂਆਂ ਕੋਲ, ਚਲੋ ਉਹਨਾਂ ਦੇ ਸਤਸੰਗ ਵਿੱਚ ਜਿਹੜੇ ਰੂਹਾਨੀ ਮੰਜ਼ਲਾਂ 'ਤੇ ਜਾਂਦੇ ਨੇ। ਸਤਿਗੁਰ ਹਾਥ ਕੁੰਜੀ ਹੋਰਤ ਦਰ ਖੱਲੇ ਨਾਹੀਂ, ਗੁਰ ਪੂਰੇ ਭਾਗ ਮਿਲਾ ਬਣਿਆ। ਸੰਤਾਂ ਮਹਾਤਮਾ ਦੀ ਖੋਜ ਕੀਤੀ, ਉਹਨਾਂ ਨੂੰ ਮਿਲਿਆ, ਕਿਹਾ ਕਿ ਕੁਝ ਦਿਓ, ਸਾਰੇ ਇਹੋ ਕਹਿਣ ਮਿਲੇਗਾ, ਮਗਰ ਹਾਲਾਂ ਸਾਡਾ ਸਮਾਂ ਨਹੀਂ ਆਇਆ। ਪੁੱਛਿਆ ਕੀ ਤੁਸੀਂ ਦਿਓਗੇ, ਕਹਿੰਦੇ ਨੇ ਨਹੀਂ। ਮੈਂ ਕਿਹਾ ਫਿਰ ਕੌਣ ਦੇਗਾ, ਕਹਿੰਦੇ ਨੇ ਕੋਈ ਹੋਰ ਦੇਗਾ। ਜਦ ਸਮਾਂ ਆਇਆ, ਘਰ ਬੈਠੇ ਬਿਠਾਏ ਦਾਤ ਮਿਲ ਗਈ। ਬਾਬਾ ਜੀ ਮਹਾਰਾਜ ਜੈਮਲ ਸਿੰਘ ਜੀ ਦਾ ਸਤਸੰਗ ਸੁਣਿਆ, 22 ਸਾਲਾਂ ਦੇ ਸ਼ੱਕ ਰਫਾ ਹੋ ਗਏ। ਗੁਰੂ ਸਾਹਿਬ ਕਹਿੰਦੇ ਨੇ ਗੁਰ ਕੁੰਜੀ ਪਾਹੋ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ, ਨਾ ਉਗੜੇ ਅਵਰ ਨਾ ਕੁੰਜੀ ਹੱਥ। ਜਦ ਕੁੰਜੀ ਵਾਲਾ ਮਹਾਤਮਾ ਮਿਲੇ, ਉਹ ਰਾਹ ਦੇ, ਇਹ ਪਰਦਾ ਖੁੱਲ੍ਹੇ ਤਾਂ ਮੁਕਤੀ ਹੁੰਦੀ ਹੈ। ਸਤਿਗੁਰ ਦਾ ਸਤਸੰਗ ਔਰ ਸਾਧ ਸੰਗਤ ਦਾ ਮਿਲਣਾ ਦੁਨੀਆਂ ਵਿੱਚ ਭਾਗਾਂ ਨਾਲ ਹੈ। ਇਹਨਾਂ ਦੇ ਮਿਲਣ 'ਤੇ ਉਹ ਰਾਮ ਵਾਹਿਗੁਰੂ ਯਾਦ ਆਉਂਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤਤ ਲਿਹੇ ਅੰਤਰਗਤ ਜਾਣੇ, ਸਤ ਸੰਗਤ ਸੱਚ ਵਡਿਆਈ ਹੈ। ਸੱਚ ਕਹਿੰਦੇ ਨੇ ਸ਼ਬਦ ਨੂੰ, ਜਿਹੜਾ ਸਤਿਗੁਰ ਦੀ ਸੰਗਤ ਦੇ ਜ਼ਰੀਏ ਮਿਲਦਾ ਹੈ। ਉਹ ਤਤ ਏ, ਉਹਦੇ ਮਿਲਣ ਨਾਲ ਅੰਦਰੂਨੀ ਅਵਸਥਾ ਨੂੰ ਜਾਣਿਆ ਜਾ ਸਕਦਾ ਹੈ। ਇਹੋ ਜਿਹਾ ਪਰਮਾਤਮਾ ਆਪ ਤਰ ਜਾਂਦਾ ਹੈ ਔਰ ਆਪਣੀਆਂ ਕੁਲਾਂ ਨੂੰ ਤਾਰ ਲੈਂਦਾ ਹੈ, ਆਪਣੀਆਂ ਸੰਗਤਾਂ ਨੂੰ ਤਾਰ ਲੈਂਦਾ ਹੈ। ਜਿਹੜੇ ਉਹਦੀ ਸੰਗਤ ਵਿੱਚ ਜਾਂਦੇ ਨੇ ਉਹ ਉਹਨਾਂ ਨੂੰ ਵੀ ਤਾਰ ਲੈਂਦਾ ਹੈ। ਗੁਰੂ ਦੇ ਸਤਸੰਗ ਔਰ ਸ਼ਰਨ ਵਿੱਚ ਆ ਕੇ ਫਿਰ ਖੋਜ ਕਰਨ ਦੀ ਜ਼ਰੂਰਤ ਨਹੀਂ। ਜੇਕਰ ਨਾਮ ਲੈ ਕੇ ਵੀ ਖੋਜ ਕਰਦਾ ਹੈ ਤਾਂ ਉਹਦੀ ਤਰੱਕੀ ਨਹੀਂ ਹੁੰਦੀ। ਪਤੀ ਪ੍ਰਤਾ ਇਸਤਰੀ ਜਦ ਇੱਕ ਦਫ਼ਾ ਵਿਆਹੀ ਜਾਂਦੀ ਹੈ, ਫਿਰ ਭਾਵੇਂ ਪਤੀ ਬੁਰਾ ਹੋਵੇ, ਫਿਰ ਉਹ ਦੂਸਰੇ ਵੱਲ ਨਹੀਂ ਤੱਕਦੀ। ਅਧਿਕਾਰੀ ਬਿਨ ਪ੍ਰਗਟ ਨਹੀਂ ਫਲ, ਸਤਸੰਗ ਕੋ ਕੀਨਾ ਸਭ ਚਲ ਚਲ। ਕਹਿੰਦੇ ਨੇ ਕਿ ਜਦ ਤੱਕ ਅਧਿਕਾਰੀ ਨਹੀਂ ਬਣਦਾ ਤਦ ਤੱਕ ਸਤਸੰਗ ਦਾ ਫਲ ਨਹੀਂ ਪ੍ਰਗਟ ਹੁੰਦਾ। ਸਤਸੰਗ ਵਿੱਚ ਜਾਣ ਵਾਸਤੇ ਤਾਂ ਸਾਰੇ ਹੀ ਚਲ ਚਲ ਕਹਿੰਦੇ ਨੇ, ਮਗਰ ਸਤਸੰਗ ਦੇ ਬਚਨ ਵੇ ਆਪਣੇ ਹਿਰਦੇ ਵਿੱਚ ਨਹੀਂ ਪਾਉਂਦੇ, ਉਹਨਾਂ 'ਤੇ ਅਮਲ ਨਹੀਂ ਕਰਦੇ, ਤਾਂ ਤਾਂ ਉਹ ਅਧਿਕਾਰੀ ਨਹੀਂ ਬਣਦੇ। ਸਤਿਗੁਰ ਸਤਸੰਗ ਵਿੱਚ ਅਧਿਕਾਰੀ ਨੂੰ ਪਹਿਚਾਣ ਲੈਂਦਾ ਹੈ। ਸਤਿਗੁਰ ਦੇਖਦਾ ਹੈ ਇਹਦੀ ਪ੍ਰੀਤ ਉੱਪਰੋਂ ਹੈ ਜਾਂ ਅੰਦਰੋਂ। ਵੈਸੇ ਹੀ ਦਿਲ ਨੂੰ ਦਿਲ ਦੀ ਥਾਂ ਹੈ। ਇੱਕ ਮਹਾਤਮਾ ਕਹਿੰਦਾ ਹੈ ਦਿਲ ਰਾ ਬਾਤਿਲ ਰਹੇਸਤ ਦਰੀ ਗੋਬਿੰਦ ਸਪਹਿਰ, ਅੱਜ ਸੂਏ ਕੀਨਾ ਕੀਨਾ, ਅੱਜ ਸੂਏ ਮਹਿਰ ਮਹਿਰ। ਕਿਆ ਪਿਆਰੇ ਨੂੰ ਪਿਆਰਾ ਪਹਿਚਾਣਦਾ ਹੈ, ਸੋ ਜਦ ਇਹ ਅਧਿਕਾਰੀ ਬਣ ਜਾਂਦਾ ਹੈ। ਭਾਵ ਜਦ ਪ੍ਰੇਮੀ ਗੁਰਮੁਖਾਂ ਦੇ ਹਿਰਦਿਆਂ ਵਿੱਚ ਗੁਰੂ ਦੀ ਐਸੀ ਪ੍ਰੀਤ ਹੋ ਜਾਂਦੀ ਹੈ ਤਾਂ ਗੁਰੂ ਵੀ ਪਿਆਰ ਦੀ ਰੋਸ਼ਨੀ ਪਾ ਦਿੰਦਾ ਹੈ। ਸਵਾਮੀ ਜੀ ਨੂੰ ਤੁਲਸੀ ਸਾਹਿਬ ਤੋਂ ਪਰਮਾਰਥ ਦੀ ਰੋਸ਼ਨੀ ਮਿਲੀ। ਤੁਲਸੀ ਸਾਹਿਬ ਸਵਾਮੀ ਜੀ ਦੇ ਘਰ ਆਇਆ ਕਰਦੇ ਸਨ। ਇੱਕ ਦਫ਼ਾ ਜਦ ਸਵਾਮੀ ਜੀ ਦੇ ਘਰ ਆਏ ਤਾਂ ਉਹਨਾਂ ਦੀਆਂ ਪ੍ਰੇਮੀ ਸਤਸੰਗਣਾਂ ਨੂੰ ਪਤਾ ਲੱਗਾ। ਉਹ ਬੜੇ ਪ੍ਰੇਮ ਨਾਲ ਜਿਸ ਹਾਲਤ ਵਿੱਚ ਸਨ, ਕਾਹਲੀ ਕਾਹਲੀ ਚਲੀਆਂ ਆਈਆਂ। ਉਸ ਜ਼ਮਾਨੇ ਵਿੱਚ ਇਹੋ ਜਿਹੀ ਮਲਮਲ ਕਿੱਥੇ ਸੀ। ਉਹਨਾਂ ਦੇ ਖੱਦਰ ਦੇ ਕੱਪੜੇ ਪਸੀਨੇ ਨਾਲ ਭਿੱਜੇ ਹੋਏ ਸਨ। ਤੁਲਸੀ ਸਾਹਿਬ ਦਾ ਇੱਕ ਸੇਵਕ ਗਿਰਧਾਰੀ ਲਾਲ ਸੀ। ਜਦ ਉਹਨਾਂ ਬੀਬੀਆਂ ਨੇ ਬੜੇ ਪ੍ਰੇਮ ਨਾਲ ਮੱਥਾ ਟੇਕਿਆ ਤਾਂ ਗਿਰਧਾਰੀ ਨੇ ਕਿਹਾ ਕਿ ਪਰੇ ਹਟ ਕੇ ਬੈਠੋ, ਤੁਹਾਡੇ ਕੱਪੜਿਆਂ ਵਿੱਚੋਂ ਬੋ ਆਉਂਦੀ ਏ। ਤੁਲਸੀ ਸਾਹਿਬ ਨੇ ਕਿਹਾ ਗਿਰਧਾਰੀ ਤੈਨੂੰ ਇਹਨਾਂ ਦੇ ਪ੍ਰੇਮ ਦੀ ਖਬਰ ਨਹੀਂ, ਇਹ ਕੀ ਖਿਆਲ ਲੈ ਕੇ ਆਈਆਂ ਨੇ, ਤੂੰ ਨਹੀਂ ਜਾਣਦਾ, ਇਹਨਾਂ ਥੀ ਤੈਨੂੰ ਬੋ ਆਉਂਦੀ ਏ, ਮੈਨੂੰ ਬੋ ਨਹੀਂ ਆਉਂਦੀ,
ਸੋ ਜਿਨ੍ਹਾਂ ਦੀ ਇਹੋ ਜਿਹੀ ਪ੍ਰੀਤ ਹੁੰਦੀ ਹੈ ਗੁਰੂ ਉਹਨਾਂ ਅਧਿਕਾਰੀਆਂ 'ਤੇ ਪ੍ਰਸੰਨ ਹੁੰਦਾ ਹੈ ਔਰ ਉਹਨਾਂ ਨੂੰ ਸਤਸੰਗ ਦਾ ਅਸਲ ਫਲ ਦਿੰਦਾ ਹੈ। ਚਲ ਚਲ ਆਏ ਸਤਿਗੁਰ ਆਗੇ, ਬਚਨ ਨਾ ਪਕੜਾ ਦਰਸ ਨਾ ਲਾਗੇ। ਹਜ਼ੂਰ ਸਵਾਮੀ ਜੀ ਮਹਾਰਾਜ ਕਹਿੰਦੇ ਨੇ ਕਿ ਜਿਹੜੇ ਦੁਨੀਆ ਦੀ ਦੇਖਾ ਦੇਖੀ ਸਤਸੰਗ ਵਿੱਚ ਆਉਂਦੇ ਨੇ ਉਹ ਨਾ ਤਾਂ ਬਚਨਾਂ ਨੂੰ ਹਿਰਦੇ ਵਿੱਚ ਪਾਉਂਦੇ ਨੇ ਔਰ ਨਾ ਹੀ ਦਰਸ਼ਨ ਹੀ ਪ੍ਰੇਮ ਨਾਲ ਕਰਦੇ ਨੇ। ਉਹਨਾਂ ਦਾ ਬਣੇ ਕਿ ਕੁਝ ਨਹੀਂ, ਗੁਰੂ ਪਰਉਪਕਾਰੀ ਹੁੰਦਾ ਹੈ, ਉਹਨੂੰ ਸਾਡੇ ਨਾਲ ਕੋਈ ਗਰਜ ਨਹੀਂ ਹੁੰਦੀ। ਅਸੀਂ ਜਨਮਾਂ ਜਨਮਾਂ ਤੋਂ ਇਸ ਜੇਲ੍ਹਖਾਨੇ ਵਿੱਚ ਫਸੇ ਹੋਏ ਹਾਂ। ਸਤਿਗੁਰ ਨੂੰ ਸਾਡੇ 'ਤੇ ਰਹਿਮ ਆਉਂਦਾ ਹੈ, ਉਹ ਚਾਹੁੰਦਾ ਹੈ ਕਿ ਭਗਤੀ ਕਰਾ ਕੇ ਸਾਨੂੰ ਇਸ ਜੇਲ੍ਹਖਾਨੇ 'ਤੇ ਆਜ਼ਾਦ ਕਰਾ ਦੇਵੇ ਔਰ ਮਾਲਕ ਦੇ ਦੇਸ਼ ਪਹੁੰਚਾ ਦੇਵੇ। ਉਹ ਨਾ ਕਿਸੇ ਦਾ ਮਜ਼ਹਬ ਤੋੜਦਾ ਹੈ, ਨਾ ਨਵਾਂ ਬਣਾਉਂਦਾ ਹੈ, ਫਿਰ ਉਹ ਕਿਸੇ ਦੀ ਕੌਡੀ ਨਹੀਂ ਲੈਂਦਾ, ਬਲਕਿ ਮੁਫਤ ਦਾ ਨੌਕਰ ਹੈ। ਜੇਕਰ ਅਸੀਂ ਉਸਦਾ ਕਹਿਣਾ ਨਾ ਮੰਨੀਏ, ਉਹਦੇ ਵਿਦੇਸ਼ 'ਤੇ ਯਕੀਨ ਨਾ ਕਰੀਏ ਤਾਂ ਸਾਡੇ ਖੋਟੇ ਭਾਗ। ਸਤਸੰਗ ਔਰ ਸਤਿਗੁਰ ਕਿਆ ਕਰੇ, ਸੋ ਜੀਵ ਭੌਚਲ ਕੈਸੇ ਤਰੇ। ਕਹਿੰਦੇ ਨੇ ਕਿ ਸਤਿਗੁਰ ਔਰ ਸਤਸੰਗ ਇਹੋ ਜਿਹੇ ਜੀਵਾਂ ਦਾ ਕੀ ਕਰਨ ਔਰ ਇਹੋ ਜਿਹੇ ਜੀਵ ਇਸ ਸੰਸਾਰ ਸਮੁੰਦਰ ਤੋਂ ਕਿਸ ਤਰ੍ਹਾਂ ਪਾਰ ਹੋਣ। ਕਿਆ ਸਾਡਾ ਮਨ ਔਰ ਇੰਦਰੀਆਂ ਸ਼ਵਾਬਾਂ ਕਵਾਬਾਂ ਵਿਸ਼ਿਆਂ ਵਿਕਾਰਾਂ ਔਰ ਜਗਤ ਦੇ ਭੋਗਾਂ ਦੇ ਆਸ਼ਕ ਨੇ। ਜੇਕਰ ਅੰਦਰ ਨਾਮ ਦਾ ਰਸ ਲੈਣਾ ਹੈ ਤਾਂ ਆਹਿਸਤਾ ਆਹਿਸਤਾ ਇੰਦਰੀਆਂ ਦੇ ਸਵਾਦਾਂ ਨੂੰ ਤਿਆਗ ਕੇ ਸੁਰਤ ਨੂੰ ਨਿਰਮਲ ਕਰ ਲੈ ਔਰ ਆਪਣੇ ਮਨ ਨੂੰ ਅੰਦਰ ਚੜ੍ਹਨ ਦੀ ਆਦਤ ਪਾ ਲੈ। ਜਿਉਂ ਜਿਉਂ ਨਾਮ ਦੀ ਕਮਾਈ ਕਰੇਗਾ ਨਿਰਮਲ ਹੁੰਦਾ ਜਾਏਗਾ। ਜੀਵ ਦੀ ਰੂਹ ਕਿਆ ਆਤਮਾ ਮਨ ਦੇ ਮਤਹਿਤ ਏ, ਜਾਂ ਇਉਂ ਕਹਿ ਲਓ ਕਿ ਅਸੀਂ ਮਨ ਰੂਪੀ ਕਿਸ਼ਤੀ ਵਿੱਚ ਬਹਿ ਕੇ ਪੁੰਨਾ ਪਾਪਾਂ ਦਾ ਮਾਲ ਭਰ ਕੇ ਸੰਸਾਰ ਸਮੁੰਦਰ ਵਿੱਚ ਰੁੜੇ ਜਾ ਰਹੇ ਹਾਂ। ਪੁੰਨਾ ਔਰ ਪਾਪਾਂ ਦਾ ਸਰੀਰ ਬਣਦਾ ਏ, ਜਿਹੜੇ ਅਸੀਂ ਕਰਮ ਕਰਦੇ ਹਾਂ ਇਹਨਾਂ ਦਾ ਫਲ ਜਾਂ ਪੁੰਨ ਹੈ ਜਾਂ ਪਾਪ। ਇਹ ਸੰਸਾਰ ਸਮੁੰਦਰ ਦਾ ਨਾ ਉਰਲਾ ਕਿਨਾਰਾ ਸਹੀ ਹੈ ਨਾ ਪਰਲਾ, ਸੋ ਅਜਿਹਾ ਸਮੁੰਦਰ ਹੈ। ਇਹ ਹਾਲਤ ਦੇਖ ਕੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਹਾਏ ਅਫਸੋਸ, ਕੁੱਲ ਜਹਾਨ ਰੁੜਿਆ ਜਾ ਰਿਹਾ ਹੈ। ਇਸ ਜੱਗ ਵਿੱਚ ਜੀਵਾਂ ਦੇ ਕਲਿਆਣ ਵਾਸਤੇ ਸੰਤਾਂ ਦੇ ਸਿਵਾਏ ਸਤਿਗੁਰ ਔਰ ਸ਼ਬਦ ਭਗਤੀ ਦੇ ਦੂਜਾ ਮਾਰਗ ਜਾਂ ਹੋਰ ਉਪਾਅ ਵਰਣਨ ਨਹੀਂ ਕੀਤਾ ਗਿਆ। ਵੇਦ ਸ਼ਾਸਤਰ ਹੋਰ ਹੋਰ ਪੁਰਾਣਾਂ ਵਿੱਚ ਵੀ ਕਲਯੁਗ ਦੇ ਵਾਸਤੇ ਇਹੋ ਯਤਨ ਲਿਖਿਆ ਹੈ। ਕਿਆ ਗੁਰੂ ਦੀ ਉਪਾਸ਼ਨਾ ਔਰ ਨਾਮ ਦੀ ਕਮਾਈ ਥੀ ਹੀ ਜੀਵ ਦਾ ਉਧਾਰ ਹੋਵੇਗਾ। ਪੱਥਰ ਪਾਣੀ ਲੇਖਾ ਵਰਤਾ, ਜਲ ਮਿਸਰੀ ਸੰਮੇਲ ਨਾ ਕਰਤਾ। ਸਵਾਮੀ ਜੀ ਮਹਾਰਾਜ ਫਰਮਾਉਂਦੇ ਨੇ ਕਿ ਇਹਦਾ ਵਰਤਾਓ ਗੁਰੂ ਨਾਲ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਪੱਥਰ ਦਾ ਪਾਣੀ ਨਾਲ। ਪਾਣੀ ਵਿੱਚ ਮਿਸ਼ਰੀ ਤਾਂ ਘੁਲ ਜਾਂਦੀ ਹੈ, ਲੇਕਿਨ ਪੱਥਰ ਨਹੀਂ ਘੁਲਦਾ। ਜਿਹੜੇ ਅੰਦਰ ਨਹੀਂ ਗਏ, ਸਾਰੀ ਉਮਰ ਮਨ ਦੇ ਕਹੇ ਵਿੱਚ ਰਹੇ, ਮਨ ਦੇ ਕਹੇ ਖਾਧਾ ਪੀਤਾ, ਮਨ ਦੇ ਕਹੇ ਵਿਸ਼ੇ ਵਿਕਾਰ ਭੋਗੇ, ਮਨ ਦੇ ਕਹੇ ਕੌਮ ਮਜ਼ਹਬ ਰਿਸ਼ਤੇਦਾਰ ਬਣਾਏ, ਉਹ ਮਨਮੁੱਖ ਹਨ। ਉਹਨਾਂ ਦਾ ਪਤੀ ਕੌਣ ਹੈ? ਮਨ। ਉਹਨਾਂ ਦਾ ਇਸ਼ਟ ਕੌਣ ਹੈ? ਭਰਮ। ਉਹ ਮਨਮਤ ਵਿੱਚ ਆਏ ਔਰ ਮਨਮਤ ਵਿੱਚ ਚਲੇ ਗਏ। ਕਿਆ ਅਗਿਆਨ ਵਿੱਚ ਆਏ ਔਰ ਗਿਆਨ ਵਿੱਚ ਚਲੇ ਗਏ, ਆਪਣਾ ਕੁਝ ਨਾ ਬਣਾਇਆ। ਗੁਰੂ ਅਮਰਦਾਸ ਸਾਹਿਬ ਫਰਮਾਉਂਦੇ ਹਨ, ਮਨਮੁਖ ਦੇਹੀ ਭਰਮ ਪੁਤਾਰੋ, ਦੁਰਮਤ ਮਰੇ ਨਿਤ ਹੋਏ ਖਵਾਰੋ। ਸਤਿਗੁਰ ਦੇ ਬਚਨ ਔਰ ਲੀਲਾ ਸਭ ਨੂੰ ਪਿਆਰੇ ਲੱਗਦੇ ਹਨ, ਮਗਰ ਸਤਿਗੁਰ ਕਿਸੇ ਵਿਰਲੇ ਨੂੰ ਹੀ ਪਿਆਰੇ ਲੱਗਦੇ ਹਨ। ਜਿਨ੍ਹਾਂ ਦੀ ਪ੍ਰੀਤ ਬਚਨ ਔਰ ਲੀਲਾ ਦੇ ਆਸਰੇ ਹੈ, ਉਹਨਾਂ ਦਾ ਭਰੋਸਾ ਨਹੀਂ। ਪੱਕੀ ਪ੍ਰੀਤ ਉਹਨਾਂ ਦੀ ਹੈ ਜਿਨ੍ਹਾਂ ਨੂੰ ਸਤਿਗੁਰ ਨਾਲ ਪਿਆਰ ਹੈ। ਫਿਰ ਵੀ ਬਚਨ ਔਰ ਲੀਲਾ ਨਾਲ ਪ੍ਰੀਤ ਕਰਨ ਵਾਲਿਆਂ ਵਿੱਚੋਂ ਸਤਿਗੁਰ ਦੀ ਪ੍ਰੀਤ ਵਾਲੇ ਹੀ ਨਿਕਲ ਆਉਂਦੇ ਹਨ। ਤਾਂ ਤਾਂ ਇਹ ਵੀ ਸਤਿਗੁਰ ਨਾਲ ਪ੍ਰੇਮ ਲਾਉਣ ਵਾਸਤੇ ਇੱਕ ਸੀੜ੍ਹੀ ਹੈ।
ਵਕਤ ਤੇ ਸਤਿਗੁਰ ਦੀ ਹਰ ਗੱਲ ਵਿੱਚ ਮੁਖਿਆਤਾ ਏ। ਪਹਿਲੇ ਉਹਨਾਂ ਦੇ ਚਰਨਾਂ ਵਿੱਚ ਸੱਚੀ ਪ੍ਰੀਤ ਕਰਨ ਥੀ ਸਥੂਲ ਸਰੀਰ ਦੀ ਪਵਿੱਤਰਤਾ ਅਤੇ ਸਫਾਈ ਹੁੰਦੀ ਹੈ। ਜਿਸ ਵੇਲੇ ਅਧਿਕਾਰੀ ਨਾਮ ਜਾਂ ਸ਼ਬਦ ਧੁਨ ਨੂੰ ਸੁਣੇਗਾ ਤਾਂ ਉਹਨੂੰ ਸ਼ਬਦ ਜਾਂ ਸੂਖਮ ਸਰੂਪ, ਸਤਿਗੁਰ ਦਾ ਸੂਖਮ ਸਰੂਪ, ਆਪਣਾ ਸੂਖਮ ਸਰੂਪ ਸਾਰੇ ਇੱਕੋ ਰੂਪ ਹੀ ਦਿਖਾਈ ਦੇਣਗੇ। ਮਗਰ ਇਹ ਹਾਲਤ ਸਤਿਗੁਰ ਦੀ ਪੂਰੀ ਪ੍ਰੀਤ ਔਰ ਪ੍ਰੇਮ ਨਾਲ ਹੀ ਪ੍ਰਾਪਤ ਹੋਵੇਗੀ। ਸਤਿਗੁਰ ਸਾਨੂੰ ਨਾਮ ਦਿੰਦਾ ਔਰ ਕਹਿੰਦਾ ਹੈ ਕਿ ਚਲੋ ਅੰਦਰ ਉੱਪਰ ਚੜੋ, ਆਪਣੀ ਰੂਹ ਨੂੰ ਨਾਮ ਨਾਲ ਜੋੜੋ। ਮਨ ਦੇ ਵੱਸ ਕਰਨ ਦੀ ਦੁਨੀਆ ਵਿੱਚ ਕੋਈ ਦਬਾਅ ਨਹੀਂ, ਅਗਰ ਹੈ ਤਾਂ ਕੇਵਲ ਨਾਮ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਥੋੜ੍ਹੀ ਦੇਰ ਵਾਸਤੇ ਲੋਕਾਂ ਨੇ ਸਤਸੰਗ ਸੁਣ ਕੇ, ਪੋਥੀਆਂ ਪੜ੍ਹ ਕੇ ਜਾਂ ਵਿੱਦਿਆ ਹਾਸਲ ਕਰਕੇ ਮਨ ਨੂੰ ਵਿਸ਼ੇ ਵਿਕਾਰਾਂ ਤੋਂ ਰੋਕ ਲਿਆ, ਮਗਰ ਜਦ ਭੋਗਾਂ ਦੀ ਜ਼ਬਰਦਸਤ ਹਵਾ ਚੱਲੀ ਤਾਂ ਮਨ ਫਿਰ ਚਲਾਏ ਮਾਨ ਹੋ ਗਿਆ। ਇਹ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਅੱਗ ਨੂੰ ਸਵਾਹ ਥੱਲੇ ਨੱਪ ਦੇਈਏ, ਜਦ ਹਨੇਰੀ ਚੱਲੀ ਸਵਾਹ ਉੱਡ ਗਈ, ਅੱਗ ਹੋਰ ਤੇਜ਼ ਹੋ ਗਈ। ਜੇਕਰ ਅੱਗ 'ਤੇ ਪਾਣੀ ਪਾ ਦੇਈਏ ਫਿਰ ਮੁੜ ਕੇ ਨਹੀਂ ਬਲਦੀ। ਕਿਆ ਮਨ ਨੂੰ ਸ਼ਬਦ ਦੀ ਲੱਜਤ ਦੇ ਕੇ ਨੌ ਦੁਆਰਿਆਂ ਤੋਂ ਪਾਰ ਦੇਵੀ ਪਿਤਰੀਆਂ ਦਾ ਮਾਰਗ ਔਰ ਸੂਰਜ ਚੰਦਰਮਾ ਤਾਰੇ ਲੰਘ ਕੇ ਸਤਿਗੁਰ ਨੂੰ ਅੰਦਰ ਪ੍ਰਤੱਖ ਕਰ ਲਓ, ਉਹਦੇ ਨਾਲ ਗੱਲਾਂ ਕਰੋ, ਫਿਰ ਮਨ ਵਿਸ਼ੇ ਵਿਕਾਰਾਂ ਦੇ ਕਾਬੂ ਨਹੀਂ ਆਉਂਦਾ। ਬਾਹਰ ਕਾ ਸੰਗ ਅਬ ਅਸ ਹੋਈ, ਸਤਿਗੁਰ ਸਮ ਪ੍ਰੀਤਮ ਨਹੀਂ ਕੋਈ। ਕਹਿੰਦੇ ਨੇ ਕਿ ਜਿਸ ਵਕਤ ਬਾਹਰਲਾ ਸਤਸੰਗ ਮਿਲੇਗਾ ਔਰ ਸਤਿਗੁਰ ਦਾ ਪ੍ਰੇਮ ਇਸ਼ਕ ਹਿਰਦੇ ਵਿੱਚ ਵੱਸ ਜਾਏਗਾ ਤਾਂ ਕੁਝ ਬਣ ਜਾਏਗਾ। ਤੁਸੀਂ ਉਹਨਾਂ ਸੰਤਾਂ ਦੀ ਸੰਗਤ ਕਰੋ ਜਿਹੜੇ ਰਾਤ ਨੂੰ ਜਾਗਦੇ ਨੇ ਔਰ ਨਾਮ ਨਾਲ ਆਪਣੀ ਰੂਹ ਨੂੰ ਜੋੜਦੇ ਨੇ, ਤਾਂ ਕਿ ਉਹ ਰਾਮ, ਉਹ ਨਾਮ ਤੁਹਾਡੇ ਆਤਮਾ ਵਿੱਚ ਵੀ ਪ੍ਰਗਟ ਹੋ ਜਾਵੇ। ਕਿਆ ਵਾਹਿਗੁਰੂ ਤੁਹਾਡੇ ਅੰਦਰ ਜ਼ਾਹਰ ਹੋ ਜਾਏਗਾ, ਉਹ ਤੁਹਾਡੀ ਮਦਦ ਕਰੇਗਾ। ਜਦ ਸੰਤਾਂ ਦੀ ਸੰਗਤ ਵਿੱਚ ਜਾਓਗੇ ਉਹ ਤੁਹਾਨੂੰ ਨਾਮ ਦੇਣਗੇ, ਜਦ ਤੁਸੀਂ ਨਾਮ ਦੀ ਕਮਾਈ ਕਰੋਗੇ ਉਹ ਮਾਲਕ ਤੁਹਾਡੇ ਅੰਦਰ ਪ੍ਰਗਟ ਹੋ ਜਾਏਗਾ। ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ, ਮਿਲ ਸਾਧ ਸਗਤ ਨਾਮ ਸੁਲਾਹੇ ਆਤਮ ਰਾਮ ਸੁਖਾਈ ਹੈ। ਜੇਕਰ ਉਹ ਪ੍ਰੀਤਮ ਆਪਣੇ ਮੁਕੜੇ ਤੋਂ ਪਰਦਾ ਲਾਹ ਦੇ ਤਾਂ ਜਿਸ ਤਰ੍ਹਾਂ ਪਤੰਗ ਦੀਵੇ 'ਤੇ ਜਲ ਜਾਂਦੇ ਨੇ, ਇਸ ਤਰ੍ਹਾਂ ਅਸੀਂ ਵੀ ਆਪਣੀ ਜਾਨ ਔਰ ਦਿਲ ਕੁਰਬਾਨ ਕਰ ਦਈਏ। ਐ ਮਜਨੂੰ ਤੂੰ ਸਾਡਾ ਹਾਲ ਨਾ ਪੁੱਛ, ਅਸੀਂ ਪ੍ਰੇਮ ਮਤਵਾਲੇ ਹਾਂ ਔਰ ਅਸੀਂ ਆਸ਼ਕਾਂ ਦੀ ਆਖਰੀ ਮੰਜ਼ਿਲ ਤੋਂ ਵੀ ਅੱਗੇ ਸੈਂਕੜੇ ਮੰਜ਼ਿਲਾਂ ਨੂੰ ਤੈਅ ਕੀਤਾ ਹੈ। ਇਹੀ ਮਜ਼ਬੂਨ ਹਜ਼ਰਤ ਬਾਹੂ ਲੈਂਦੇ ਨੇ, ਰਾਤੀ ਰੱਤੀ ਨੀਂਦ ਨਾ ਆਵੇ, ਦੇਹਾਂ ਫਿਰਾਂ ਹੈਰਾਨੀ ਹੂ, ਆਰਫ ਦੀ ਗੱਲ ਆਰਫ ਜਾਣੇ, ਕੀ ਜਾਣੇ ਨਫਸਾਨੀ ਹੂ। ਕਿ ਮੈਨੂੰ ਆਪਣੇ ਪ੍ਰੀਤਮ ਦੇ ਵਿਯੋਗ ਵਿੱਚ ਰਾਤ ਨੂੰ ਇੱਕ ਮਿੰਟ ਵੀ ਨਹੀਂ ਨੀਂਦ ਆਉਂਦੀ ਔਰ ਦਿਨ ਵੀ ਇਸੇ ਤਰ੍ਹਾਂ ਹੈਰਾਨੀ ਵਿੱਚ ਲੰਘ ਜਾਂਦਾ ਹੈ। ਪ੍ਰੇਮੀ ਪ੍ਰੇਮ ਦੇ ਮਾਰਗ 'ਤੇ ਚੱਲਦਿਆਂ ਹੋਇਆਂ ਇੱਕ ਮਿੰਟ ਵੀ ਆਰਾਮ ਨਹੀਂ ਲੈ ਸਕਦਾ। ਇਸ ਮੁਸ਼ਕਲ ਜਾਂ ਬੇਆਰਾਮੀ ਵਿੱਚ ਜਿਹੜਾ ਮਜ਼ਾ ਜਾਂ ਆਰਾਮ ਏ ਉਹ ਸਿਰਫ ਪ੍ਰੇਮ ਪ੍ਰੰਥ ਦਾ ਦੀਵਾਨਾ ਜਾਂ ਗੁਰਮੁਖ ਹੀ ਜਾਣ ਸਕਦਾ ਏ, ਮਨਮੁਖ ਨਹੀਂ ਜਾਣ ਸਕਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਗੁਰੂ 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 ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾਹੀਂ ਹੋਰ। ਕਿ ਐ ਮਨ ਤੂੰ ਗੁਰੂ ਗੁਰੂ ਕਰ, ਮੈਨੂੰ ਗੁਰੂ ਦੇ ਬਗੈਰ ਹੋਈ ਹੋਰ ਕੋਈ ਨਜ਼ਰ ਨਹੀਂ ਆਉਂਦਾ, ਨਾ ਹੀ ਉਹਦੇ ਬਰਾਬਰ ਕੋਈ ਪਿਆਰਾ ਹੈ, ਕਿੱਡਾ ਉੱਚਾ ਖਿਆਲ ਹੈ। ਤਬ ਅੰਤਰ ਕਾ ਸਤਸੰਗ ਧਾਰੇ, ਸੁਰਤ ਚੜੇ ਅਸਮਾਨ ਪੁਕਾਰੇ। ਜਿਸ ਵਕਤ ਇਹਨੂੰ ਸਤਿਗੁਰ ਦੇ ਦੇਹ ਸਰੂਪ ਨਾਲ ਸੱਚੀ ਪ੍ਰੀਤ ਹੋਵੇ ਅਤੇ ਇਹਦੇ ਸਤਸੰਗ ਦੇ ਬਚਨ ਸੁਣ ਕੇ ਉਹਨਾਂ 'ਤੇ ਪ੍ਰਤੀਤ ਕਰਦਾ ਏ ਕਿ
ਅਮਲ ਵੀ ਹੁੰਦਾ ਏ। ਫਿਰ ਉਹ ਮਾਲਕ ਅੰਦਰ ਦਾ ਪੱਟ ਖੋਲ੍ਹ ਦਿੰਦਾ ਏ ਔਰ ਇਹਦੀ ਸੁਰਤ ਸ਼ਬਦ ਨੂੰ ਪਕੜ ਕੇ ਰੂਹਾਨੀ ਮੰਜ਼ਿਲਾਂ 'ਤੇ ਚੜ੍ਹਾ ਦਿੰਦਾ ਏ। ਲੱਖਾਂ ਅਤੇ ਕਰੋੜਾਂ ਬੰਦੇ ਚਾਹੁੰਦੇ ਨੇ ਕਿ ਸਤਿਗੁਰ ਦਾ ਸਤਸੰਗ ਮਿਲੇ ਔਰ ਉਸ ਮਾਲਕ ਨਾਲ ਪ੍ਰੇਮ ਮਿਲੇ, ਪਿਆਰ ਮਿਲੇ, ਮਗਰ ਇਹ ਸਤਸੰਗ ਉਹਨਾਂ ਨੂੰ ਮਿਲਦਾ ਏ ਜਿਨ੍ਹਾਂ 'ਤੇ ਉਹ ਮਾਲਕ ਆਪ ਦਇਆ ਕਰਦਾ ਏ, ਜਿਨ੍ਹਾਂ 'ਤੇ ਉਹ ਕਿਰਪਾ ਕਰੇ ਔਰ ਅੰਦਰ ਦਾ ਸਤਸੰਗ ਦੇ, ਉਹ ਬੜੇ ਹੀ ਉੱਚੇ ਭਾਗ ਹਨ। ਜਿਸ ਵਕਤ ਉਹ ਸਤਸੰਗ ਮਿਲਦਾ ਏ ਉਸ ਵੇਲੇ ਸੁਰ ਤੋਂ ਸ਼ਬਦ ਧੁੰਦੇ ਮਗਰ ਮਗਰ ਟੁਰ ਪੈਂਦੀ ਏ। ਜਦ ਮਨ ਹੀ ਅੰਦਰ ਖੜ੍ਹਾ ਨਹੀਂ ਹੁੰਦਾ ਤਾਂ ਰੂਹ ਉੱਪਰ ਕਿੱਕਣ ਚੜ੍ਹੇ। ਜਦ ਇਹ ਭਜਨ 'ਤੇ ਬਹਿੰਦਾ ਏ ਤਾਂ ਬਾਜ਼ਾਰਾਂ ਵਿੱਚ ਲੈ ਜਾਂਦਾ ਏ, ਹੋਰ ਹੋਰ ਥਾਂ ਲੈ ਵੜਦਾ ਏ। ਔਰਤਾਂ ਮਰਦ ਰੋਜ਼ ਸ਼ਿਕਾਇਤ ਕਰਦੇ ਨੇ ਕਿ ਜੀ ਮਨ ਨਹੀਂ ਖੜ੍ਹਦਾ, ਕੀ ਵਜ੍ਹਾ, ਗੁਰਭਗਤੀ ਮੁਕੰਮਲ ਨਹੀਂ, ਗੁਰਭਗਤੀ ਕਿਹੜੀ ਦੁਕਾਨ ਤੋਂ ਲਈਏ ਕਿ ਸਤਸੰਗ ਤੋਂ, ਕਿਆ ਪਹਿਲੇ ਸਤਸੰਗ ਕਰੋ ਫਿਰ ਸੁਰਤ ਜਾਂ ਰੂਹ ਨੂੰ ਅੰਦਰ ਖੜ੍ਹਾ ਕਰਕੇ ਗੁਰੂ ਦੀ ਸੇਵਾ ਕਰੋ, ਇਹਦਾ ਨਾਮ ਗੁਰਭਗਤੀ ਏ। ਜਦ ਰੂਹ ਨੌ ਦੁਆਰਿਆਂ ਨੂੰ ਛੱਡ ਕੇ ਅੱਖਾਂ ਦੇ ਪਿੱਛੇ ਆਉਂਦੀ ਏ ਤਾਂ ਇਹਦੇ ਅੱਗੇ ਤਾਰਾ ਮੰਡਲ, ਸੂਰਜ ਮੰਡਲ ਔਰ ਚੰਦਰਮਾ ਮੰਡਲ ਆਉਂਦਾ ਏ। ਜਦ ਇਹ ਤਿੰਨੇ ਲੰਘੇ ਅੱਗੇ ਗੁਰੂ ਖੜ੍ਹਾ ਏ। ਅੰਦਰ ਗੁਰੂ ਦੇ ਚਰਨਾਂ ਤੱਕ ਪਹੁੰਚਣਾ ਇਹ ਗੁਰਭਗਤੀ ਏ। ਜਦ ਤੁਸੀਂ ਪਹਿਲੀ ਜਮਾਤ ਪੜ੍ਹੋਗੇ ਤਾਂ ਦੂਸਰੀ ਵਿੱਚ ਜਾਓਗੇ, ਜੇਕਰ ਪਹਿਲੀ ਜਮਾਤ ਪਾਸ ਨਾ ਕਰੋਗੇ ਦੂਸਰੀ ਵਿੱਚ ਕਿਸ ਤਰ੍ਹਾਂ ਜਾਓਗੇ। ਲੋਕ ਨਾਮ ਨੂੰ ਪਕੜਦੇ ਨਹੀਂ, ਗੁਰਭਗਤੀ ਹੈ ਨਹੀਂ, ਤਾਂ ਫਿਰ ਮਿਲੇ ਕਿ ਗੁਰੂ ਦਾ ਅਸਲੀ ਸਰੂਪ ਤਾਂ ਸ਼ਬਦ ਹੈ। ਇਹ ਦੁਨੀਆ ਵਿੱਚ ਗੁਰੂ ਦਾ ਰੂਪ ਸਥੂਲ ਹੈ, ਸਹੰਸ ਦਲ ਕਮਲ ਵਿੱਚ ਸੂਖਮ ਏ ਔਰ ਬ੍ਰਹਮ ਵਿੱਚ ਕਾਰਨ ਏ। ਜਦ ਪਾਰ ਬ੍ਰਹਮ ਵਿੱਚ ਜਾਓਗੇ ਤਾਂ ਗੁਰੂ ਦਾ ਰੂਪ ਸ਼ਬਦ ਹੈ। ਬੋਲੇ ਅਰਸ਼ ਔਰ ਗਰਜੇ ਗਗਨਾ, ਬੈਠਾ ਕੁਰਸੀ ਮਨ ਹੂਆ ਮਗਨਾ। ਅਨਹਦ ਸ਼ਬਦ ਦੀਆਂ ਧੁਨਕਾਰਾਂ ਨਾਲ ਸੁਰਤ ਔਰ ਮਨ ਬੱਝੇ ਨੇ। ਮਨ ਲੱਜਤ ਆਸ਼ਕੇ, ਸ਼ਬਦ ਦੀ ਲੱਜਤ ਤੋਂ ਬੜ ਕੇ ਹੋਰ ਕੋਈ ਲੱਜਤ ਹੈ ਨਹੀਂ। ਜਿਸ ਤਰ੍ਹਾਂ ਦੀਵੇ ਨੂੰ ਤੀਲੀ ਲਾਈ ਦੀਏ ਤਾਂ ਉਹ ਜਗਦਾ ਏ, ਇਸੇ ਤਰ੍ਹਾਂ ਹਰ ਇੱਕ ਆਦਮੀ ਦੇ ਅੰਦਰ ਜੋਤ ਏ, ਉਹਨੂੰ ਗੁਰੂ ਭਗਤੀ ਦੀ ਤੀਲੀ ਨਾਲ ਜਗਾਉਣਾ ਏ। ਹਰ ਇੱਕ ਆਦਮੀ ਦੇ ਅੰਦਰ ਆਰਤੀ ਹੋ ਰਹੀ ਏ। ਆਰਤੀ ਵਿੱਚ ਕੀ ਹੁੰਦਾ ਏ? ਇੱਕ ਥਾਲ ਹੁੰਦਾ ਹੈ, ਉਹਦੇ ਵਿੱਚ ਮਠਿਆਈ ਹੁੰਦੀ ਹੈ। ਇੱਥੇ ਪ੍ਰੇਮ, ਇਸ਼ਕ ਔਰ ਵੈਰਾਗ ਦੀ ਮਠਿਆਈ ਹੋਵੇ ਤਾਂ ਇਹਦਾ ਕੰਮ ਪੂਰਾ ਹੋਣਾ ਏ। ਅਬ ਇਸ ਮੌਕੇ ਤੋਂ ਆ ਕੇ ਬੜੇ ਬੜੇ ਆਜਜ ਹੋ ਜਾਂਦੇ ਨੇ। ਇਨਸਾਨ ਨੂੰ ਆਪਣਾ ਰੂਪ ਨਜ਼ਰ ਨਹੀਂ ਆਉਂਦਾ। ਜਿਹੜਾ ਸਥੂਲ ਸਰੀਰ ਏ ਇਨਸਾਨ ਰੂਪ ਨਹੀਂ ਬਲਕਿ ਮਿੱਟੀ ਏ। ਜਿਹੜਾ ਅੰਦਰ ਸੂਖਮ ਸਰੀਰ ਏ ਉਹ ਵੀ ਮਿੱਟੀ ਏ। ਇਸ ਤਰ੍ਹਾਂ ਜਦ ਅਸੀਂ ਬ੍ਰਹਮ ਵਿੱਚ ਜਾਵਾਂਗੇ ਉੱਥੇ ਕਾਰਨ ਸਰੀਰ ਏ, ਉਹ ਗਿਆਨ ਦਾ ਏ। ਹਾਲਾਂ ਸਾਨੂੰ ਆਪਣੀ ਸੁਰਤ ਨਹੀਂ ਲੱਭੀ, ਇਹਦੇ ਅੰਦਰ ਨੂਰ ਹੈ, ਪ੍ਰਕਾਸ਼ ਹੈ, ਫਿਰ ਵੀ ਇਹ ਆਪਣੇ ਆਪ ਨੂੰ ਲੱਭਦਾ ਏ ਕਿ ਮੈਂ ਕੀ ਹਾਂ, ਮਗਰ ਪਤਾ ਨਹੀਂ ਲੱਗਦਾ। ਜਿਸ ਵੇਲੇ ਇਹ ਮਨ ਦੇ ਦਾਇਰੇ ਤੋਂ ਬਾਹਰ ਹੋ ਜਾਏਗਾ ਤਾਂ ਇਹਨੂੰ ਆਪਣਾ ਰੂਪ ਦਿਖਾਈ ਦੇਗਾ। ਆਦਮੀ ਦੇ ਤਿੰਨ ਮਨ ਹਨ, ਜਾਂ ਇਉਂ ਕਿ ਮਨ ਦੇ ਤਿੰਨ ਰੂਪ ਹਨ, ਸਥੂਲ, ਸੂਖਮ ਔਰ ਕਾਰਨ। ਇੱਥੇ ਸਥੂਲ ਸਰੀਰ ਵਿੱਚ ਸਥੂਲ ਮਨ ਹੈ, ਜਦ ਅਸੀਂ ਸੂਖਮ ਦੇਸ਼ ਵਿੱਚ ਜਾਵਾਂਗੇ ਉੱਥੇ ਸੂਖਮ ਮਨ ਹੈ, ਜਦ ਅਸੀਂ ਕਾਰਨ ਦੇਸ਼ ਵਿੱਚ ਜਾਵਾਂਗੇ ਉੱਥੇ ਕਾਰਨ ਮਨ ਹੈ। ਹੁਣ ਇੱਥੇ ਕਾਰਨ ਦੇਸ਼ ਵਿੱਚ ਬਹੁਤ ਸਾਰੇ ਅਭਿਆਸੀ ਧੋਖਾ ਖਾ ਜਾਂਦੇ ਨੇ। ਜਦ ਸੂਫੀ ਔਰ ਵੇਦਾਂਤੀ ਆਪਣੇ ਸਾਹ ਨੂੰ ਰੂਪ 'ਤੇ ਉੱਪਰ ਜਾਂਦੇ ਨੇ ਔਰ ਉਹਨਾਂ ਨੂੰ ਕਾਰਨ ਮਨ ਦਾ ਰੂਪ ਨਜ਼ਰ ਆਉਂਦਾ ਏ ਤਾਂ ਉਹਨੂੰ ਆਪਣਾ ਰੂਪ ਸਮਝਦੇ ਨੇ। ਇਸ ਵਾਸਤੇ ਅੱਗੇ ਨਹੀਂ ਜਾ ਸਕਦੇ। ਉਹ ਨੂਰ ਹੈ, ਉਹ ਰੋਕ ਰੱਖਦਾ ਹੈ। ਬ੍ਰਹਮਾ, ਵਿਸ਼ਨੂੰ, ਸ਼ਿਵ ਵੀ ਇੱਥੇ ਬੈਠੇ ਹੋਏ ਨੇ। ਮੈਂ ਉਹਨਾਂ ਮਹਾਤਮਾ ਨੂੰ ਕਹਿੰਦਾ ਹਾਂ ਕਿ ਤੁਹਾਡਾ ਰੂਪ ਨਹੀਂ, ਤੁਹਾਡਾ ਰੂਪ ਹੋਰ ਹੈ, ਮਗਰ ਕੋਈ ਭਾਗਾਂ ਵਾਲਾ ਮੰਨਦਾ ਏ।
ਜਦ ਇਹ ਸਥੂਲ ਸਰੀਰ ਦੇ 6 ਚੱਕਰ ਸੂਖਮ ਸਰੀਰ ਦੁਆਰਾ ਸਹੰਸ ਦਲ ਕਬਲ ਔਰ ਕਾਰਨ ਸਰੀਰ ਦੁਆਰਾ ਬ੍ਰਹਮ ਜਾਂ ਤ੍ਰਿਕੁਟੀ ਤਿੰਨੇ ਦੇਸ਼ ਤੈਅ ਕਰਕੇ ਪਾਰ ਬ੍ਰਹਮ ਵਿੱਚ ਜਾਂਦਾ ਏ ਤਾਂ ਇਹਨੂੰ ਆਪਣੀ ਸੂਰਤ ਦਾ ਰੂਪ ਦਿਸਦਾ ਏ। ਨਾ ਉੱਥੇ ਮਨ ਹੈ, ਨਾ ਇੰਦਰੀਆਂ ਔਰ ਨਾ ਕੋਈ ਅਨਰਸ ਜਾਂ ਤੱਤ ਹੀ ਹੈ। ਉੱਥੇ ਇਹਦਾ ਆਪਣਾ ਨੂਰ 12 ਸੂਰਜ ਦਾ ਏ। ਤਾਂ ਇਹ ਕਹਿੰਦਾ ਏ ਕਿ ਮੈਂ ਆਤਮਾ ਹਾਂ। ਫਿਰ ਇਹ ਸਵਾਲ ਕਰਦਾ ਏ ਕਿ ਮੈਂ ਕਿਸ ਸਮੁੰਦਰ ਦੀ ਬੂੰਦ ਹਾਂ ਕਿ ਰੱਬ ਦੀ। ਫਿਰ ਉਸ ਵਿੱਚ ਮਿਲਣ ਦੀ ਕੋਸ਼ਿਸ਼ ਕਰਦਾ ਏ। ਸੋ ਕਹਿੰਦੇ ਨੇ ਕਿ ਰੂਹ ਆਪਣੇ ਰੂਪ ਨੂੰ ਕਦ ਦੇਖਦੀ ਏ? ਜਦ ਤਿੰਨਾਂ ਸਰੀਰਾਂ ਔਰ ਤਿੰਨਾਂ ਮਨਾਂ ਤੋਂ ਪਾਰ ਨਿਕਲ ਕੇ ਪਾਰ ਬ੍ਰਹਮ ਵਿੱਚ ਪਹੁੰਚ ਜਾਏ। ਜਦ ਇਹ ਸ਼ਬਦ ਕਿਆ ਬਾਂਗੇ ਲਾਹੇ ਦੀ ਕਮਾਈ ਕਰਕੇ ਤਿੰਨਾਂ ਮਨਾਂ ਦੇ ਘਰ ਥੀ ਨਿਕਲ ਜਾਂਦੀ ਏ ਤਾਂ ਇਹਨੂੰ ਆਪਣਾ ਰੂਪ ਨਜ਼ਰ ਆਉਂਦਾ ਏ। ਤਦ ਇਹਨੂੰ ਕਹਿਣ ਦਾ ਹੱਕ ਹੈ ਕਿ ਮੈਂ ਰੂਹ ਹਾਂ, ਲੇਕਿਨ ਇਸ ਸਥੂਲ ਸਰੀਰ ਵਿੱਚ ਬੈਠ ਕੇ ਕਹਿ ਦਿੰਦਾ ਏ ਕਿ ਇਹ ਬ੍ਰਹਮ ਅਸਮੀ, ਕਿਆ ਮੈਂ ਬ੍ਰਹਮ ਹਾਂ। ਲਾ ਮੁਕਾਮ ਪਾਇਆ ਲਹੂਤ, ਛੇੜਾ ਨਸੂਤ ਮਲਕੂਤ ਜਬਰੂਤ। ਸੁਰਤ ਸਤਿਗੁਰੂ ਨੂੰ ਮਿਲ ਕੇ ਤ੍ਰਿਕਟੀ ਵਿੱਚ ਪਹੁੰਚ ਗਈ। ਇੱਥੇ 4 ਦਲ ਦਾ ਕਮਲ ਹੈ, ਇੱਥੇ ਉਸਦੀ ਧੁਨ ਉੱਠ ਰਹੀ ਹੈ। ਇਹਨੂੰ ਹੰਸਮੁਖੀ ਵੀ ਕਹਿੰਦੇ ਨੇ। ਜਿਸ ਵਕਤ ਸੁਰਤ 9 ਦੁਆਰਿਆਂ ਨੂੰ ਛੱਡ ਕੇ ਉੱਪਰ ਚੜ੍ਹੀ ਤਾਂ ਬਿਜਲੀ ਦੇ ਲਿਸ਼ਕਾਰੇ ਪੈਣੇ ਲੱਗ ਪਏ। ਫਿਰ ਜੋਤ ਆ ਗਈ, ਅੰਦਰ ਨੂਰ ਔਰ ਤਜੱਲੀ ਪੈਦਾ ਹੋ ਗਈ। ਮਗਰ ਇਹ ਨੂਰ ਔਰ ਜੋਤ ਨਕਲੀ ਹੈ, ਅਸਲੀ ਅੱਗੇ ਆਉਣਗੇ। ਅੱਗੇ ਸਤਿਗੁਰ ਦਾ ਸਰੂਪ ਪ੍ਰਤੱਖ ਹੋ ਜਾਂਦਾ ਏ। ਹੇਠਾਂ ਸੁਰਤ ਨੇ ਨਾਸੂਤ ਕਿਆ 6 ਚੱਕਰ ਗੁਦਾ, ਇੰਦਰੀ ਔਰ ਨਾਭੀ, ਜਿਨ੍ਹਾਂ ਨੇ ਧਨੀ ਗਣੇਸ਼, ਬ੍ਰਹਮਾ ਔਰ ਵਿਸ਼ਨੂੰ ਹਨ, ਔਰ ਹਿਰਦੇ, ਕੰਠ ਔਰ ਤੀਸਰਾ ਤਲ ਜਿੱਥੇ ਸ਼ਿਵ ਸ਼ਕਤੀ ਔਰ ਨਿੱਜ ਮਨ ਦਾ ਵਾਸਾ ਹੈ। ਕੰਠ 16 ਤਲ ਦਾ ਕਮਲ ਏ ਔਰ ਉੱਥੇ ਦੁਰਗਾ ਜਾਂ ਕਵਿਤ ਖਾਰਸ਼ ਦਾ ਵਾਸਾ ਹੈ। ਤੀਸਰੇ ਤਿਲ ਨੂੰ ਸ਼ਿਵ ਨੇਤਰ ਜਾਂ ਸ਼ਿਆਮ ਸੇਤ ਆਦਿਕ ਵੀ ਕਹਿੰਦੇ ਨੇ। ਇਹ 6 ਚੱਕਰ ਤੈਅ ਕਰਕੇ ਸੁਰਤ ਮਲਕੂਤ ਕਿਆ ਸਹੰਸ ਦਲ ਕਮਲ ਵਿੱਚ ਆ ਗਈ। ਇੱਥੇ ਜੋਤ ਨਿਰੰਜਨ ਦਾ ਵਾਸਾ ਹੈ ਔਰ ਸ਼ਬਦ ਪ੍ਰਗਟ ਹੁੰਦਾ ਹੈ। ਇਸ ਤੋਂ ਅੱਗੇ ਸੁਰਤ ਜਬਰੂਤ ਕਿਆ ਤ੍ਰਿਕਟੀ ਵਿੱਚ ਆ ਗਈ। ਤ੍ਰਿਕਟੀ ਨੂੰ ਬ੍ਰਹਮ ਪਦ ਵੀ ਕਹਿੰਦੇ ਹਨ। ਵੇਦ ਸਹੰਸ ਦਲ ਕਮਲ ਨੂੰ ਆਤਮ ਔਰ ਤ੍ਰਿਕਟੀ ਨੂੰ ਪਰਮਾਤਮਾ ਕਹਿੰਦੇ ਨੇ। ਫਿਰ ਸੁਰਤ ਲਾਹੂਤ ਮਤਲਬ ਪਾਰ ਬ੍ਰਹਮ ਵਿੱਚ ਆਉਂਦੀ ਏ, ਜਿਹਨੂੰ ਦਸਵਾਂ ਦੁਆਰ ਵੀ ਕਹਿੰਦੇ ਨੇ। ਔਰ ਇੱਥੇ 6 ਦਲ ਦਾ ਕੰਵਲ ਏ। ਇਹ 7 ਰੂਹਾਨੀ ਮੰਜ਼ਲਾਂ ਅੰਦਰ ਹੀ ਹਨ, ਕਿਆ ਨਾਸੂਤ, ਮਲਕੂਤ, ਜਬਰੂਤ, ਲਾਹੂਤ, ਹਾਹੂਤ, ਹੂਤ, ਲਹੂਤ ਔਰ ਹੂਤ। ਨਾਸੂਤ ਦੇ ਮਾਇਨੇ ਹਨ ਗਾਫਲ ਹੋ ਜਾਣਾ, ਆਪਣੇ ਆਪ ਨੂੰ ਭੁੱਲ ਜਾਣਾ। ਮਲਕੂਤ ਨਾਮ ਹੈ ਉਸ ਸਥਾਨ ਦਾ ਜਿੱਥੇ ਪਹੁੰਚ ਕੇ ਫਰਿਸ਼ਤਿਆਂ ਦੀਆਂ ਖਸਲਤਾਂ ਪੈਦਾ ਹੋ ਜਾਂਦੀਆਂ ਹਨ, ਇੱਥੇ ਪਹੁੰਚ ਕੇ ਮਨ ਦੀ ਮੈਲ ਉਤਰ ਜਾਂਦੀ ਹੈ। ਜਬਰੂਤ ਦੇ ਮਾਇਨੇ ਹਨ ਰੱਬੀ ਸਿਫਤਾਂ ਦੇ, ਇੱਥੇ ਪਹੁੰਚ ਕੇ ਸੁਰਤ ਵਿੱਚ ਰੱਬੀ ਸਿਫਤਾਂ ਆ ਜਾਂਦੀਆਂ ਹਨ। ਲਹੂਤ ਦੇ ਮਾਇਨੇ ਹਨ ਉਸ ਖੁਦਾ ਦੇ, ਜਿਸ ਦੇ ਸਿਵਾ ਦੂਜਾ ਕੋਈ ਨਾ ਪਹਿਲੇ ਸੀ, ਨਾ ਹੁਣ ਹੈ, ਨਾ ਅੱਗੇ ਹੋਵੇਗਾ। ਇੱਥੇ ਪਹੁੰਚ ਕੇ ਰੂਹ 'ਤੇ ਤੌਹੀਦ ਦੀ ਮੰਜ਼ਿਲ ਵਾਰਦ ਹੋ ਜਾਂਦੀ ਏ, ਇੱਥੇ ਪਰਾਰ ਬ੍ਰਹਮ ਦਾ ਵਾਸਾ ਹੈ। ਹਾਹੂਤ ਕਾ ਜਾਏ ਖੋਲਾ ਦੁਆਰਾ, ਹੂਤ ਲਹੂਤ ਔਰ ਹੂਤ ਸਮਾਰਾ। ਹੁਣ ਸੁਰਤ ਨੇ ਹਾਹੂਤ ਯਾਨੀ ਮਹਾਸੁਨ ਦਾ ਦਰਵਾਜ਼ਾ ਖੋਲ੍ਹ ਲਿਆ। ਇਹ ਇੱਕ ਬੜਾ ਭਾਰੀ ਮੈਦਾਨ ਹੈ ਜਿਸ ਵਿੱਚ 5 ਸ਼ਬਦ ਔਰ 4 ਮੁਕਾਮ ਸੰਤਾਂ ਨੇ ਗੁਪਤ ਰੱਖੇ ਹਨ। ਇੱਥੇ 8 ਦਲ ਦਾ ਕਮਲ ਏ। ਮਹਾਸੁਨ ਲੰਘ ਕੇ
ਫਿਰ ਸੁਰਤ ਭੰਵਰ ਗੁਫਾ ਵਿੱਚ ਪਹੁੰਚਦੀ ਹੈ। ਇਹਦਾ ਨਾਮ ਸੂਫੀਆਂ ਨੇ ਹੂਤ ਲਹੂਤ ਰੱਖਿਆ ਹੈ। ਇੱਥੇ ਸੌ ਪੁਰਸ਼ ਦਾ ਵਾਸਾ ਹੈ। ਇਹ ਸੌ ਸਵਾਸਾਂ ਦਾ ਸੌ ਨਹੀਂ, ਦਸਵੇਂ ਦੁਆਰ ਤੱਕ ਕਾਲ ਦੀ ਹੱਦ ਹੈ। ਇਹ ਦੋ ਸਥਾਨ ਯਾਨੀ ਮਹਾਸੁਨ ਔਰ ਭੰਵਰ ਗੁਫਾ ਮਹਾਂਕਾਲ ਦੀ ਹੱਦ ਹੈ। ਅੱਗੇ ਸਤਲੋਕ ਦਾ ਦੇਸ਼ ਆ ਗਿਆ। ਇੱਥੇ ਸਤਪੁਰਸ਼ ਦਾ ਵਾਸਾ ਹੈ। ਸਤਲੋਕ ਜਾਂ ਸੱਚਖੰਡ ਨੂੰ ਮੁਸਲਮਾਨ ਫਕੀਰ ਹਾਹੂਤ ਜਾਂ ਹੱਕ ਆਖਦੇ ਹਨ। ਉਹਨਾਂ ਦੇ ਉੱਤੇ ਤਿੰਨ ਲੋਕ ਹੋਰ ਹਨ ਜਿਹੜੇ ਸੰਤਾਂ ਨੇ ਪ੍ਰਗਟ ਕਰਕੇ ਬਿਆਨ ਨਹੀਂ ਕੀਤੇ, ਲੇਕਿਨ ਹੁਣ ਇਸ ਜ਼ਮਾਨੇ ਵਿੱਚ ਹਜ਼ੂਰ ਸਵਾਮੀ ਜੀ ਨੇ ਬੜੇ ਵਿਸਥਾਰ ਪੂਰਵਕ ਦੱਸੇ ਹਨ। ਹੁਣ ਸੁਰਤ ਇੱਥੇ ਪਹੁੰਚ ਗਈ। ਦਲ ਦਾ ਮਤਲਬ ਬਿਰਤੀਆਂ ਔਰ ਧਾਰਾਂ ਤੋਂ ਹੈ। ਸਿਫਤੀ ਮੁਕਾਮਾਤ ਦੇ ਦਲਾਂ ਨੂੰ ਬਿਰਤੀਆਂ ਔਰ ਉਲਵੀ ਮੁਕਾਮਾਤ ਦੇ ਦਲਾਂ ਨੂੰ ਧਾਰਾ ਕਹਿੰਦੇ ਨੇ। ਰਿਖੀਆਂ ਮੁਨੀਆਂ ਮਹਾਤਮਾ ਨੇ ਕਮਾਈਆਂ ਕੀਤੀਆਂ, ਖੰਡਾਂ ਬ੍ਰਹਿਮੰਡਾਂ 'ਤੇ ਚੜ੍ਹੇ, ਜੋ ਜੋ ਨਜ਼ਾਰੇ ਉਹਨਾਂ ਨੇ ਆਪਣੇ ਅੰਦਰ ਦੇਖੇ ਉਹ ਸਾਡੀ ਹਦਾਇਤ ਵਾਸਤੇ ਕਾਗਜ਼ਾਂ ਵਿੱਚ ਲੈ ਆਉਂਦੇ। ਹੁਣ ਕਾਗਜ਼ਾਂ ਵਿੱਚ ਉਹਨਾਂ ਨਜ਼ਾਰਿਆਂ ਦਾ ਜ਼ਿਕਰ ਹੈ। ਨਜ਼ਾਰੇ ਖੁਦ ਨਹੀਂ, ਉਹ ਤੁਹਾਡੇ ਅੰਦਰ ਹਨ। ਜਦ ਅੰਦਰ ਚੜ੍ਹੋਗੇ ਨਜ਼ਾਰੇ ਖੁਦ ਬ ਖੁਦ ਤੁਹਾਡੇ ਸਾਹਮਣੇ ਆ ਜਾਣਗੇ। ਜਿਹੜਾ ਇਹ ਨਜ਼ਾਰੇ ਦੇਖਣਾ ਚਾਹੇ ਉਹਨੂੰ ਸਤਿਗੁਰ ਦੇ ਸਤਸੰਗ ਵਿੱਚ ਆਉਣਾ ਪਵੇਗਾ। ਜੇਕਰ ਸਤਿਗੁਰ ਦੇ ਸਤਸੰਗ ਵਿੱਚ ਆ ਕੇ ਉਹਨਾਂ ਤੋਂ ਨਾਮ ਨਾ ਮੰਗੇ ਤਾਂ ਰਾਹ ਵੀ ਨਹੀਂ ਮਿਲਦਾ ਔਰ ਨਜ਼ਾਰੇ ਵੀ ਦਿਖਾਈ ਨਹੀਂ ਦਿੰਦੇ। ਹੂਤ ਮਕਾਮ ਫਕੀਰੀ ਅਖੀਰੀ ਰੂਹ ਸੁਰਤ ਜਹਾਂ ਦੇਤੀ ਫੇਰੀ। ਹੂਤ ਸਤਲੋਕ ਸੱਚਖੰਡ ਜਾਂ ਮੁਕਾਮੇ ਹੱਕ ਫਕੀਰਾਂ ਦੀ ਆਖਰੀ ਮੰਜ਼ਿਲ ਏ। ਸੁਰਤ ਇੱਥੇ ਪਹੁੰਚ ਕੇ ਸਤਿਪੁਰਸ਼ ਦਾ ਦਰਸ਼ਨ ਔਰ ਪਰਿਕਰਮਾ ਕਰਦੀ ਏ। ਇੱਥੇ ਇਸ ਦੁਨੀਆਂ ਵਿੱਚ ਗੁਰੂ ਦਾ ਦੇਹ ਸਰੂਪ ਹੈ। ਸਹੰਸ ਦਾ ਕਮਲ ਵਿੱਚ ਜਦ ਉੱਪਰ ਜਾਵਾਂਗੇ ਤਾਂ ਗੁਰੂ ਦਾ ਸੂਖਮ ਸਰੂਪ ਹੈ। ਜਦ ਬ੍ਰਹਮ ਵਿੱਚ ਜਾਵਾਂਗੇ ਤਾਂ ਉੱਥੇ ਕਾਰਨ ਸਰੂਪ ਹੈ। ਜਦ ਪਾਰਬ੍ਰਹਮ ਵਿੱਚ ਜਾਵਾਂਗੇ ਤਾਂ ਸ਼ਬਦ ਸਰੂਪ ਹੈ। ਜਿਉਂ ਜਿਉਂ ਉੱਪਰ ਜਾਵਾਂਗੇ ਰੂਪ ਬਦਲਦਾ ਜਾਏਗਾ। ਜਦ ਸੁਰਤ ਸੱਚਖੰਡ 'ਚ ਪਹੁੰਚੀ ਤਾਂ ਗੁਰੂ ਅਕਾਲ ਪੁਰਖ ਦਾ ਰੂਪ ਦਿਖਾਈ ਦਿੱਤਾ। ਉੱਥੇ ਬੀਨ ਦੀ ਧੁਨ ਹੋ ਰਹੀ ਹੈ। ਸਾਡੇ ਵਰਗੀਆਂ ਕਈ ਦੁਨੀਆਂ ਉਸ ਦੇ ਮਤਹਿਤ ਹਨ। ਉਹ ਸਤਪੁਰਸ਼ ਹੈ, ਸਤਨਾਮ ਹੈ, ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਬਣਾਉਣ ਵਾਲਾ ਹੈ। ਜਦ ਤੱਕ ਉੱਥੇ ਨਾ ਪਹੁੰਚੋ ਮੁਕਤੀ ਉਕਤੀ ਕੋਈ ਨਹੀਂ। ਜਿੰਨੇ ਸੰਤ ਫਕੀਰ ਸੱਚਖੰਡ ਪਹੁੰਚੇ ਨੇ ਸਾਰੇ ਹੋਕਾ ਦਿੰਦੇ ਗਏ ਕਿ ਚਲੋ ਅੰਦਰ। ਜਦ ਰੂਹ ਸੱਚਖੰਡ ਪਹੁੰਚਦੀ ਏ ਤਾਂ ਦੇਹ ਸਰੂਪ ਸਤਿਗੁਰ ਜਿਸਨੇ ਸਾਨੂੰ ਨਾਮ ਦਿੱਤਾ ਸੀ ਉਹਨੂੰ ਸਤਨਾਮ ਦੀ ਗੋਦ ਵਿੱਚ ਪਾ ਦਿੰਦਾ ਏ। ਜਿਹੜਾ ਅਸਲੀ ਗੁਰੂ ਹੈ ਉਹ ਸਤਨਾਮ ਹੈ। ਅੱਗੇ ਉਹ ਆਪਣੀ ਤਾਕਤ ਦੇ ਕੇ ਇਹਨੂੰ ਅਲਖ ਅਗਮ ਔਰ ਰਾਧਾ ਸਵਾਮੀ ਦੇਸ਼ਾਂ ਵਿੱਚ ਪਹੁੰਚਾ ਦਿੰਦਾ ਏ। ਉਹ ਸਤਨਾਮ ਅਸਲੀ ਸਮੁੰਦਰ ਹੈ। ਜਦ ਰੂਹ ਰੂਪੀ ਕਤਰਾ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਹੋ ਗਿਆ ਤਾਂ ਰੂਹ ਔਰ ਮਾਲਕ ਇੱਕ ਹੋ ਗਏ। ਉੱਥੇ ਨਾ ਅੱਵਲ ਹੈ ਨਾ ਆਖਰ, ਨਾ ਇੱਕ ਹੈ ਨਾ ਦੋ, ਉੱਥੇ ਜੋ ਹੈ ਸੋ ਹੈ। ਸਾਰੇ ਸੰਤ ਉੱਥੇ ਜਾ ਕੇ ਚੁੱਪ ਹੋ ਗਏ। ਸਾਰੀ ਦੁਨੀਆ ਦੀ ਰਚਨਾ ਉੱਥੋਂ ਸ਼ੁਰੂ ਹੋਈ ਹੈ। ਇਹ ਜਿਨ੍ਹਾਂ ਰੂਹਾਂ ਦਾ ਭੰਡਾਰ ਇੱਥੇ ਲਿਆ ਕੇ ਰੱਖਿਆ ਹੋਇਆ ਹੈ ਇਹ ਸਾਰਾ ਉਹਦੇ ਵਿੱਚ ਜਾ ਕੇ ਸਮਾਉਂਦਾ ਹੈ। ਕਿਆ ਰੂਹ ਰੂਪੀ ਕਤਰਾ ਜਿਸ ਸਮੁੰਦਰ ਵਿੱਚੋਂ ਆਇਆ ਸੀ ਉਸੇ ਸਮੁੰਦਰ ਵਿੱਚ ਜਾ ਕੇ ਸਮੁੰਦਰ ਬਣ ਗਿਆ। ਹੁਣ ਕੁਝ ਕਹਿਣ ਦੀ ਗੁੰਜਾਇਸ਼ ਨਹੀਂ ਰਹੀ। ਜਿਹੜੇ ਸ਼ਬਦ ਦੀ ਕਮਾਈ ਕਰਕੇ ਉਸ ਦੇਸ਼ ਪਹੁੰਚ ਗਏ ਉਹ ਬੜੇ ਉੱਚੇ ਭਾਗ ਵਾਲੇ ਹਨ। ਰਾਧਾ ਸਵਾਮੀ ਜੀ।